ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵੀ ਜਿਸ ਤੁਸੀਂ ਜਾਣਦੇ ਕਿ ਕੱਲ੍ਹ ਅਸੀਂ ਆਪਣੇ ਸਟੂਡੀਓ ਦੇ ਵਿੱਚ ਸਿੱਖਸ ਫੋਰ ਜਸਟਿਸ ਦੇ ਫਾਊਂਡਰ ਅਤੇ ਅਟਾਰਨੀ ਸਰਦਾਰ ਗੁਰਪਤਵੰਤ ਸਿੰਘ ਪੰਨੂ ਅਤੇ ਇਸੇ ਜਥੇਬੰਦੀ ਦੇ ਕੋਆਰਡੀਨੇਟਰ ਸਰਦਾਰ ਅਵਤਾਰ ਸਿੰਘ ਪੰਨੂ ਜੀ ਨਾਲ ਗੱਲਬਾਤ ਕੀਤੀ ਸੀ ਰਿਗਾਰਡਿੰਗ 30 ਸਤੰਬਰ ਨੂੰ ਜਿਹੜਾ ਕਿ ਭਾਰਤ ਦਾ ਕਾਤਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਈਟ ਹਾਊਸ ਦੇ ਸਾਹਮਣੇ ਆ ਰਿਹਾ ਹੈ ਉਸ ਲਈ ਪ੍ਰੋਟੈਸਟ ਦੇ ਬਾਰੇ। ਅੱਜ ਵੀ ਅਸੀਂ ਇਸ ਮੁੱਦੇ ਦੇ ਉੱਪਰ ਅਤੇ ਬਾਕੀ ਸਿੱਖ ਮੁੱਦਿਆਂ ਦੇ ਉੱਪਰ ਇਹਨਾਂ ਨਾਲ ਗੱਲਬਾਤ ਕਰਾਂਗੇ। ਅਤੇ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਵੈਲਕਮ ਬੈਕ ਟੂ ਨਿਊਜ਼ ਟੀਵੀ 84। ਧੰਨਵਾਦ ਜੀ। ਜੀ ਵੀਰ ਜੀ, ਇਸ ਤਰ੍ਹਾਂ ਅਸੀਂ ਕੱਲ੍ਹ ਗੱਲਬਾਤ ਕੀਤੀ ਸੀ, ਮੈਂ ਫਿਨਿਸ਼ ਕੀਤਾ ਸੀ ਕਿਸ ਤਰ੍ਹਾਂ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ 2002 ਡੂਰਿੰਗ 2002 ਟਾਈਮ ਇਹਨੇ ਕਿਸ ਤਰ੍ਹਾਂ ਗੁਜਰਾਤ ਦੇ ਵਿੱਚ ਸਿੱਖਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਸੀਗਾ, ਮੁਸਲਮਾਨਾਂ ਬੀਬੀਆਂ ਨੂੰ ਇਹਨਾਂ ਨੇ ਬੇਅਦਬ ਕੀਤਾ ਸੀਗਾ। ਵਟ ਡੂ ਯੂ ਵਾਂਟ ਟੂ ਸੇ ਅਬਾਊਟ ਦੈਟ ਇਨ ਡੀਟੇਲ? ਦੇਖੋ, ਇਹ ਆਪਾਂ ਜੇ ਨਰਿੰਦਰ ਮੋਦੀ ਦਾ ਇਤਿਹਾਸ ਦੇਖੀਏ ਤੇ 2002 ਤੋਂ ਸ਼ੁਰੂ ਨਹੀਂ ਹੁੰਦਾ ਜੀ, ਇਹ ਸ਼ੁਰੂ ਹੁੰਦਾ 1971 ਤੋਂ। ਓਕੇ, ਜਦੋਂ ਪਹਿਲੀ ਵਾਰ ਇਸਨੇ ਆਰਐਸਐਸ ਜਿਹੜੀ ਹੈ ਉਹਦਾ ਮੈਂਬਰ ਬਣਿਆ ਇਹ ਜੀ। ਸੋ ਆਰਐਸਐਸ ਜਿਹੜਾ ਉਹ ਦੇਸ਼ ਹੈ ਜਿਹੜਾ ਅੱਜ ਆਪਣੇ ਆਪ ਨੂੰ ਹੀ ਡੈਮੋਕ੍ਰੈਟਿਕ ਦੱਸਦਾ ਹੈ, ਤੇ ਆਰਐਸਐਸ ਸੰਸਥਾ ਜਿਹੜੀ ਹੈ ਉਹ ਬੈਨ ਰਹੀ ਹੈ ਆਪਣੀਆਂ ਟੈਰਰਿਸਟ ਐਕਟੀਵਿਟੀਜ਼ ਕਰਕੇ, ਆਪਣੀਆਂ ਗੈਰ ਮਨੁੱਖੀ ਅਤੇ ਜਿਹੜੀ ਇਹਨਾਂ ਨੇ ਕਤਲੋ ਗਾਰਤ ਕੀਤੀ। ਈਵਨ ਇਹਨਾਂ ਦਾ ਆਪਣਾ ਬਾਪੂ ਜਿਹੜਾ ਜਿਹਨੂੰ ਇਹ ਦੱਸਦੇ ਮਹਾਤਮਾ ਗਾਂਧੀ, ਉਹ ਆਰਐਸਐਸ ਦੇ ਵਰਕਰਸ ਨੇ ਮਾਰਿਆ ਸੀ। ਹਾਂਜੀ, ਉਸ ਤੋਂ ਬਾਅਦ ਆਰਐਸਐਸ ਬੈਨ ਕਰ ਦਿੱਤੀ ਗਈ ਸੀ ਇੰਡੀਆ 'ਚ। ਅੱਜ ਉਸੇ ਇੰਡੀਆ ਦਾ ਪ੍ਰਧਾਨ ਮੰਤਰੀ ਇਹਨਾਂ ਨੇ ਮੋਦੀ ਬਣਾ ਲਿਆ, ਜਿਹਨੇ ਆਰਐਸਐਸ ਦੀਆਂ ਜੜ੍ਹਾਂ ਜਿਹੜੀਆਂ ਹੈ 1971 ਤੱਕ ਉਹਦੀਆਂ ਜੜ੍ਹਾਂ ਦੇਸ਼ ਭਰ ਦੇ ਵਿੱਚ ਨਹੀਂ ਸੀ ਲੱਗੀਆਂ ਹੋਈਆਂ, ਚੰਦ ਬੰਦੇ ਹੁੰਦੇ ਸੀ। ਹਾਂਜੀ, ਇਹਦੀ ਜ਼ਿੰਮੇਵਾਰੀ ਲੱਗੀ ਸੀ ਵੀ ਪੂਰੇ ਦੇਸ਼ ਭਰ ਦੇ ਵਿੱਚ ਆਰਐਸਐਸ ਅਤੇ ਉਹਨਾਂ ਦੀ ਜਿਹੜੀ ਸੋਚ ਹੈ, ਇੱਕ ਹਿੰਦੂਵਤਾ ਦੀ ਜਿਹੜੀ ਸੋਚ ਹੈ, ਇੱਕ ਜਿਹੜੀ ਸਿੱਖਾਂ ਦੇ ਖਿਲਾਫ ਅਤੇ ਸਿੱਖਾਂ ਨੂੰ ਹਿੰਦੂ ਬਣਾਉਣ ਦੀ ਸੋਚ ਹੈ, ਉਹ 1971 ਤੋਂ ਨਰਿੰਦਰ ਮੋਦੀ ਨੇ ਬਣਾਉਣੀ ਸ਼ੁਰੂ ਕੀਤੀ ਸੀ ਜੀ। 71 ਤੋਂ ਲੈ ਕੇ 1985 ਤੱਕ ਇਹ ਆਰਐਸਐਸ ਦੀਆਂ ਜੜ੍ਹਾਂ ਇਸਨੇ ਪੱਕੀਆਂ ਕੀਤੀਆਂ, ਔਰ ਉਸਦਾ ਇਹਨੂੰ ਉਹਨਾਂ ਨੇ ਜਿਹੜੀ ਪ੍ਰਮੋਸ਼ਨ ਦਿੱਤੀ ਬੀਜੇਪੀ ਦੇ ਵਿੱਚ ਲੈ ਕੇ ਆਉਣ ਦੀ ਜੀ। ਬਾਅਦ 'ਚੋਂ ਇਹ ਬੀਜੇਪੀ ਦਾ ਮੈਂਬਰ ਵੀ ਬਣ ਗਿਆ, ਲੇਕਿਨ ਅੱਜ ਵੀ ਆਰਐਸਐਸ ਦੀਆਂ ਜਿੰਨੀਆਂ ਰੂਟਸ ਹੈ, ਜੋ ਉਹਨਾਂ ਦੀ ਆਈਡੀਆਲੋਜੀ ਹੈ, ਜੋ ਉਹਨਾਂ ਦੀਆਂ ਸ਼ਾਖਾਵਾਂ ਹੈ, ਉਹ ਮੋਦੀ ਨੇ ਜੋ ਸੈੱਟ ਕੀਤਾ ਸੀ ਉਹ ਚੱਲਦੀਆਂ। ਹਾਂਜੀ, 1990 ਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਬੀਜੇਪੀ ਜਾਂ ਆਰਐਸਐਸ ਦਾ ਕੋਈ ਆਧਾਰ ਨਹੀਂ ਸੀਗਾ। ਹਾਂਜੀ, ਕੋਈ ਵੀ ਇਹੋ ਜਿਹਾ ਆਧਾਰ ਨਹੀਂ ਸੀਗਾ ਕਿ ਤੁਸੀਂ ਹਿੰਦੂਵਤਾ ਦੇ ਨਾਂ ਦੇ ਉੱਤੇ ਉੱਥੇ ਤੁਸੀਂ ਵੋਟਾਂ ਲਓ ਜੀ। 1988 ਜਾਂ 99 'ਚ ਜਦੋਂ ਇਲੈਕਸ਼ਨਾਂ ਹੋਈਆਂ, ਇਹਨਾਂ ਦੇ ਕੋਲ 4 ਸੀਟਾਂ ਸੀ ਜਾਂ 2 ਸੀਟਾਂ ਸੀ ਟੋਟਲ ਪੂਰੇ ਇੰਡੀਆ ਦੇ ਵਿੱਚ। ਹਾਂਜੀ, ਇਹ ਮੋਦੀ ਦਾ ਹੀ ਸ਼ੈਤਾਨੀ ਅਤੇ ਕਾਤਲਾਨਾ ਦਿਮਾਗ ਸੀ ਕਿ ਜਿਸ ਨੇ 1990 ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀਆਂ ਰੱਥ ਯਾਤਰਾਵਾਂ ਚਲਾਉਣੀਆਂ ਸ਼ੁਰੂ ਕੀਤੀਆਂ, ਜਿਹਦੇ ਵਿੱਚ ਚਾਹੇ ਐਲ.ਕੇ. ਅਡਵਾਨੀ ਸੀ ਜਾਂ ਦੂਜੇ ਭਾਜਪਾ ਦੇ ਲੀਡਰ ਸੀ ਜਿਹੜੇ ਕਿ ਆਲਰੇਡੀ ਸਿੱਖਾਂ ਦੇ ਖਿਲਾਫ ਵਿਉਂਤਬੱਦੀ ਕਰਨ ਦੇ ਵਿੱਚ ਇੰਦਰਾ ਗਾਂਧੀ ਦੇ ਨਾਲ ਉਹਨਾਂ ਦਾ ਹੱਥ ਸੀ ਜੂਨ 1984 ਦੇ ਵਿੱਚ ਹਰਿਮੰਦਰ ਸਾਹਿਬ ਦੇ ਹਮਲੇ ਦੇ ਵਿੱਚ। 1990 ਦੀ ਰੱਥ ਯਾਤਰਾ ਦੇ ਵਿੱਚ ਜੋ ਕਤਲੋ ਗਾਰਤ ਇੱਕ ਰਿਲੀਜੀਅਸ ਮਿਨੋਰਟੀ ਦੀ ਹੋਈ, ਉਹ ਸਾਰੀ ਦੁਨੀਆ ਨੂੰ ਭਲੀ ਭਾਂਤੀ ਪਤਾ ਜੀ। ਬਾਬਰੀ ਮਸਜਿਦ ਜਿਹੜੀ 1992 ਦੇ ਵਿੱਚ ਢਾਈ ਗਈ, ਅਟੈਕ ਕੀਤਾ ਗਿਆ, ਉਹ ਵੀ ਮੋਦੀ ਦੇ ਹੀ ਜਿਹੜੇ ਵਰਕਰਸ ਆ ਇਹਦੇ ਨਾਲ ਦੇ ਸਾਥੀ ਆ ਜਿਨ੍ਹਾਂ ਨੇ ਕੀਤੀ ਜੀ। ਉੱਥੋਂ ਇਹਦੀ ਪ੍ਰਮੋਸ਼ਨ ਹੁੰਦੀ ਹੋਈ ਇਸ ਨੂੰ ਉਹ ਇਨਾਮ ਦਿੰਦੇ ਗਏ। ਇਨਾਮ ਅੱਜ ਇਹ ਮਿਲਿਆ ਕਿ ਉਹ ਉਸ ਵਕਤ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ। ਹਾਂਜੀ, ਔਰ 2002 ਦੇ ਵਿੱਚ ਸਾਰੀ ਦੁਨੀਆ ਜਾਣਦੀ ਹੈ ਕਿ ਸ਼ਰੇ ਆਮ 10,000 ਤੋਂ ਵੱਧ ਆਪਣੇ ਮੁਸਲਿਮ ਭੈਣ ਭਰਾਵਾਂ ਦੀ ਕਤਲੋ ਗਾਰਤ ਕੀਤੀ ਗਈ ਜੀ। ਛੋਟੇ ਛੋਟੇ ਬੱਚੇ ਜਿਹੜੇ ਹੈ, ਰੇਪ ਜਿਹੜਾ ਉਹ ਇੱਕ ਘਿਨਾਉਣਾ ਜੁਰਮ ਹੈ, ਉਹਨਾਂ ਦਾ ਰੇਪ ਕੀਤਾ ਗਿਆ ਧੀਆਂ ਭੈਣਾਂ ਦਾ, ਲੇਕਿਨ ਪੇਟ ਦੇ ਵਿੱਚੋਂ ਦੀ ਬੱਚੇ ਜਿਹੜੇ ਆ ਮਾਰ ਮਾਰ ਕੇ ਇਹਨਾਂ ਨੇ ਕੱਢੇ, ਉਹ ਮੋਦੀ ਦੀ ਜਿਹੜੀ ਆ ਸਾਰੀ ਦੇਖ ਰੇਖ ਦੇ ਵਿੱਚ ਹੋਇਆ। ਹਾਂਜੀ, ਔਰ ਜੇ ਤੁਸੀਂ US ਡਿਪਾਰਟਮੈਂਟ ਆਫ ਸਟੇਟ ਦੀਆਂ ਕੇਬਲਸ ਦੇਖੋਗੇ ਜਿਹੜੀਆਂ ਕਿ ਵਿਕੀਲੀਕਸ ਦੇ ਉੱਤੇ ਪਈਆਂ 2002 ਦੀਆਂ, ਇਹ ਸਰਕਾਰ ਆਪ ਦੱਸ ਰਹੀ ਹੈ ਕਿ ਮੋਦੀ ਨੇ 2 ਮਹੀਨੇ ਦਾ ਸਮਾਂ ਦਿੱਤਾ ਉਸ ਸ਼ਾਖਾਵਾਂ ਨੂੰ, ਆਰਐਸਐਸ ਨੂੰ ਤੇ ਆਪਣੇ ਸਾਥੀਆਂ ਨੂੰ, ਕਿ ਤੁਸੀਂ ਮੁਸਲਮਾਨ ਜਿਹੜੇ ਹੈ ਇਹਨਾਂ ਨੂੰ ਇੱਕ ਸਬਕ ਸਿਖਾਓ, ਜਾਂ ਤਾਂ ਇਹ ਧਰਮ ਛੱਡ ਦੇਣ ਤੇ ਜਾਂ ਇਹ ਚੁੱਪ ਕਰਕੇ ਬੈਠ ਜਾਣ ਜੀ। ਔਰ ਉਹੀ ਜਿਹੜਾ ਮੈਸੇਜ ਹੈ, ਹਾਂਜੀ, ਉਹ ਇਹਨਾਂ ਨੇ ਪਿਛਲੇ 3 ਮਹੀਨੇ ਤੋਂ ਸਰਕਾਰ ਬਣੀ ਹੈ ਜੀ, ਸਿੱਖ ਕੌਮ ਨੂੰ ਦਿੱਤਾ ਕਿ ਸਿੱਖ ਕੌਮ ਹਿੰਦੂ ਧਰਮ ਦਾ ਇੱਕ ਹਿੱਸਾ ਜੀ, ਜਿਹੜਾ ਵੀ ਇਸ ਦੇ ਖਿਲਾਫ ਗੱਲ ਕਰੇਗਾ ਉਹ ਦੇਸ਼ ਦੇ ਖਿਲਾਫ ਕੰਸਪੀਰੇਸੀ ਹੋਏਗਾ। ਇਹ ਆਰਐਸਐਸ ਦਾ
ਜਿਹੜਾ ਮੋਦੀ ਦਾ ਰਾਈਟ ਹੈਂਡ ਮੈਨ ਹੈ ਮੋਹਨ ਭਾਗਵਤ ਜੋ ਇਸਨੇ ਬਣਾਇਆ ਇਹ ਉਸਦੀ ਸਟੇਟਮੈਂਟ ਹੈ। ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਅਸੀਂ ਉਮੀਦ ਨਹੀਂ ਕਰਦੇ ਉਸ ਦੇਸ਼ ਦੇ ਕੋਲੋਂ ਕਿਸੇ ਰਤਾ ਭਰ ਵੀ ਸਿੱਖਾਂ ਦੇ ਹੱਕ 'ਚ ਗੱਲ ਕਰਨ। ਲੇਕਿਨ ਜਦੋਂ ਤੁਹਾਡੀ ਆਪਣੀ ਪਾਰਟੀ ਆਰ ਐਸ ਐਸ ਸਿੱਖਾਂ ਨੂੰ ਹਿੰਦੂ ਦੱਸ ਰਹੀ ਹੈ ਔਰ ਅਗਲੇ ਸਟੇਟਮੈਂਟ ਦਿੰਦੀ ਹੈ ਕਿ ਜਿਹੜਾ ਵੀ ਇਸ ਦੇ ਖਿਲਾਫ ਗੱਲ ਕਰੇਗਾ ਸਿੱਖਾਂ ਨੂੰ ਸਿੱਖ ਦੱਸੇਗਾ ਉਹ ਦੇਸ਼ ਦੇ ਖਿਲਾਫ ਕੰਸਪੀਰੇਸੀ ਹੈ। ਹਾਂਜੀ ਜੀ ਬਿਲਕੁਲ। ਔਰ ਮੁਸਲਮਾਨ ਭਰਾਵਾਂ ਨੂੰ ਕ੍ਰਿਸਚੀਅਨਸ ਨੂੰ ਦਸੰਬਰ 23 ਤੱਕ ਦਾ ਇਹਨਾਂ ਨੇ ਸਮਾਂ ਦਿੱਤਾ। ਹਾਂਜੀ। ਔਰ ਦਸੰਬਰ 23 ਉਹ ਟਾਈਮ ਹੈ ਜਦੋਂ ਇਹਨਾਂ ਦਾ ਆਪਣਾ ਗੁਰੂ 100 ਸਾਲ ਪਹਿਲਾਂ ਇੱਕ ਸ਼ੁੱਧੀ ਕੰਪੇਨ ਸ਼ੁਰੂ ਕਰ ਗਿਆ ਸੀ। ਹਾਂਜੀ। ਉਸ ਦੇ ਮੌਕੇ 'ਤੇ ਜਦੋਂ ਉਸਨੂੰ ਮਾਰ ਦਿੱਤਾ ਗਿਆ ਸੀ ਇਹ ਗੱਲ ਕਹਿਣ 'ਤੇ 100 ਸਾਲ ਪਹਿਲਾਂ। ਹਾਂਜੀ। ਉਸ ਦੇ ਮੌਕੇ 'ਤੇ ਦਸੰਬਰ 23 ਨੂੰ ਇਹਨਾਂ ਨੇ ਚੈਲੰਜ ਕੀਤਾ ਕਿ ਸਾਰੇ ਮੁਸਲਮਾਨ ਭੈਣ ਭਰਾਵਾਂ ਨੂੰ ਹਾਂਜੀ ਸਾਰੇ ਕ੍ਰਿਸਚੀਅਨਸ ਨੂੰ ਦੁਬਾਰਾ ਹਿੰਦੂ ਬਣਾ ਦਿੱਤਾ ਜਾਏਗਾ। ਇਹ ਇਸ ਮੋਦੀ ਦੀ ਜਿਹੜੀ ਹੈ 90 ਦਿਨ ਦੀ 100 ਦਿਨ ਦੀ ਦੇਣ ਹੈ ਆਪਣੀ ਰਿਲੀਜੀਅਸ ਮਿਨੋਰਟੀਜ਼ ਨੂੰ। ਜੀ ਬਿਲਕੁਲ। ਸੋ ਇਹਨੂੰ ਹੁਣ ਚੈਲੰਜ ਕਿਸ ਬੇਸ ਤੇ ਨਾ ਕਰੀਏ ਸਵਾਲ ਇਹ ਉੱਠਦਾ ਇਹ ਨਹੀਂ ਸਵਾਲ ਉੱਠਦਾ ਵੀ ਇਹਨੂੰ ਚੈਲੰਜ ਕਿਵੇਂ ਕਰੀਏ। ਹਾਂਜੀ। ਔਰ ਆ ਵੀ ਉਸ ਦੇਸ਼ ਦੇ ਵਿੱਚ ਰਿਹਾ ਉਹ ਆ ਵੀ ਉਸ ਜਗ੍ਹਾ ਦੇ ਉੱਤੇ ਨਿਉਤਾ ਦਿੱਤਾ ਗਿਆ ਹੈ ਜਿੱਥੇ ਦੁਨੀਆ ਭਰ ਦਾ ਕਾਨੂੰਨ ਚਲਾਉਣ ਦਾ ਅਹਿਦ ਲਿੱਤਾ ਜਾਂਦਾ ਵਾਈਟ ਹਾਊਸ ਦੇ ਵਿੱਚ। ਜੀ। ਸੋ ਇਹ 30 ਸਤੰਬਰ ਨੂੰ ਇੱਕ ਕੱਲਾ ਇੰਡੀਆ ਦਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਹਦੇ ਖਿਲਾਫ ਆਵਾਜ਼ ਨਹੀਂ ਚੁੱਕੀ ਜਾ ਰਹੀ। ਹਾਂਜੀ। ਇੱਕ ਦੁਨੀਆ ਭਰ ਦੀਆਂ ਰਿਲੀਜੀਅਸ ਮਿਨੋਰਟੀਜ਼ ਚਾਹੇ ਸਿੱਖ ਹੈ ਚਾਹੇ ਉਹ ਮੁਸਲਮਾਨ ਹੈ ਚਾਹੇ ਉਹ ਕ੍ਰਿਸਚੀਅਨਸ ਹੈ ਉਹਨਾਂ ਦੇ ਘਾਣ ਕਰਨ ਵਾਲੇ ਨੂੰ ਔਰ ਉਹਨਾਂ ਨੂੰ ਦੁਬਾਰਾ ਹਿੰਦੂ ਕਹਿੰਦਾ ਬਣਾ ਦਿੱਤਾ ਜਾਏਗਾ ਜਿਹੜਾ ਮੁਸਲਮਾਨ ਹੈ ਉਹਨੂੰ ਹਿੰਦੂ ਬਣਾ ਦਿੱਤਾ ਜਾਏਗਾ। ਔਰ ਜਦੋਂ ਸਵਾਲ ਪੁੱਛਿਆ ਗਿਆ ਮੀਡੀਆ ਵੱਲੋਂ ਤੁਹਾਡੇ ਭੈਣ ਭਰਾਵਾਂ ਵਰਗੋਂ ਕਹਿੰਦੇ ਤਾਂ ਹੀ ਪਤਾ ਲੱਗੇਗਾ ਵੀ ਅੱਜ ਦੀ ਤਰੀਕ 'ਚ ਪਾਵਰਫੁਲ ਕੌਣ ਹੈ ਹਿੰਦੂ 'ਚ ਜ਼ਿਆਦਾ ਜ਼ੋਰ ਹੈ ਕਿ ਮੁਸਲਮਾਨ 'ਚ ਜ਼ਿਆਦਾ ਜ਼ੋਰ ਹੈ ਇਹ ਇਹਨਾਂ ਦੇ ਸ਼ਬਦ ਜਿਹੜੇ ਹੈ 90 ਦਿਨਾਂ ਦੇ ਹੈ। ਜੀ ਜੀ। ਸੋ ਤਿੰਨਾਂ ਕਮਿਊਨਿਟੀਜ਼ ਨੂੰ ਚਾਹੇ ਆਪਣੇ ਮੁਸਲਮਾਨ ਭਰਾ ਸੁਣ ਰਹੇ ਹੈ ਭੈਣਾਂ ਸੁਣ ਰਹੀਆਂ ਜਾਂ ਕ੍ਰਿਸਚੀਅਨ ਸੁਣ ਰਹੇ ਹੈ ਜਾਂ ਸਿੱਖ ਸੁਣ ਰਹੇ ਹੈ ਇਹ ਆਪਣਾ ਫਰਜ਼ ਹੈ ਕਿ ਜਿਹੜੀਆਂ ਕੌਮਾਂ ਆਪਣਾ ਧਰਮ ਦੇ ਖਾਤਰ ਆਵਾਜ਼ ਨਹੀਂ ਚੁੱਕ ਸਕਦੀਆਂ ਉਹ ਧਰਮ ਇੱਕ ਦਿਨ ਧਰਮ ਨਹੀਂ ਰਹਿੰਦਾ ਦੂਜੇ ਉਹਨੂੰ ਸਮੇਟ ਲੈਂਦੇ ਹੈ ਔਰ ਉਮੀਦ ਆਪਾਂ ਨਾ ਇਹ ਰੱਖਦੇ ਹਾਂ ਕਿ ਸਿੱਖ ਕੌਮ ਕਦੀ ਵੀ ਆਪਣੇ ਆਪ ਨੂੰ ਹਿੰਦੂ ਧਰਮ ਦਾ ਹਿੱਸਾ ਦੱਸੇਗੀ ਔਰ ਨਾ ਹੀ ਅਸੀਂ ਜਿੰਨੀ ਦੇਰ ਤੱਕ ਜ਼ਿੰਦਾ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਓਨੀ ਦੇਰ ਤੱਕ ਹੋਣ ਦਿਆਂਗੇ। ਜੀ ਜੀ। ਅਤੇ ਵੀਰ ਜੀ ਜਿਸ ਤਰ੍ਹਾਂ ਨਰਿੰਦਰ ਮੋਦੀ ਦੇ ਖਿਲਾਫ ਇੰਨੇ ਕੇਸਿਸ ਨੇ ਜਿਸ ਤਰ੍ਹਾਂ ਲੈ ਕੇ ਵੀ ਨੋ ਦੈਟ ਹੀ ਫਾਲੋ ਦਾ ਪੈਥ ਆਫ ਹਿਟਲਰ ਹਿਟਲਰ ਦਾ ਪੈਥ ਫਾਲੋ ਕਰਦਾ ਹਿਟਲਰ ਦਾ ਪੈਟਰਨ ਫਾਲੋ ਕਰਦਾ ਐਂਡ ਰੀਸੈਂਟਲੀ ਇਹਨਾਂ ਦੇ ਹੀ ਆਰ ਐਸ ਐਸ ਦੇ ਮੁਖੀ ਜਿਸ ਤਰ੍ਹਾਂ ਗੱਲ ਕੀਤੀ ਮੋਹਨ ਭਾਗਵਤ ਨੇ ਸਿੱਖਾਂ ਬੋਧੀਆਂ ਜੈਨੀਆਂ ਨੂੰ ਹਿੰਦੂਆਂ ਦਾ ਅੰਗ ਦੱਸਿਆ ਅਕੋਰਡਿੰਗ ਟੂ ਆਰਟੀਕਲ 25 ਜਿਹੜਾ ਕਿ ਭਾਰਤੀ ਸੰਵਿਧਾਨ ਦੇ ਵਿੱਚ ਬਣਿਆ ਸੀਗਾ। ਆਲਸੋ ਰੀਸੈਂਟਲੀ ਇਹਨਾਂ ਦੇ ਹੀ ਇੱਕ ਬਾਬੇ ਨੇ ਕਿਹਾ ਹੈ ਕਿ ਯੂ ਨੋ ਵਟ ਜਿੰਨੀ ਵਾਰੀ ਇੱਕ ਮੁਸਲਮਾਨ ਕੁੜੀ ਅਗਰ ਇਹ ਕਨਵਰਟ ਕਰਦੇ ਨੇ ਇੱਕ ਹਿੰਦੂ ਕੁੜੀ ਅਗਰ ਮੁਸਲਮਾਨ ਕਨਵਰਟ ਹੁੰਦੀ ਹੈ ਤਾਂ 100 ਮੁਸਲਮਾਨ ਕੁੜੀਆਂ ਦਾ ਸ਼ੁੱਧੀਕਰਨ ਕਰਕੇ ਉਹਨੂੰ ਵਾਪਸ ਹਿੰਦੂ ਬਣਾਉਣਗੇ। ਸੋ ਦੇ ਆਰ ਸੋ ਮੈਨੀ ਕੇਸਿਸ ਕਮਿੰਗ ਫਰੰਟ ਆਫ ਦੀਸ ਪੀਪਲ ਨਾ ਇਹ ਮੁਸਲਮਾਨਾਂ ਦੇ ਕੁਛ ਲੱਗਦੇ ਨੇ ਨਾ ਸਿੱਖਾਂ ਦੇ ਕੁਛ ਲੱਗਦੇ ਨੇ ਨਾ ਬੋਧੀਆਂ ਜੈਨੀਆਂ ਕ੍ਰਿਸਚਨ ਸੋ ਹੂ ਆਰ ਦਾ ਪੀਪਲ ਹੂ ਆਰ ਵੋਟਿੰਗ ਦੈਮ ਐਂਡ ਮੇਕਿੰਗ ਦਮ ਪ੍ਰੈਜ਼ੀਡੈਂਟ ਇੰਡੀਆ ਵਟ ਕਾਈਂਡ ਡੈਮੋਕ੍ਰੈਟਿਕ ਕੰਟਰੀ ਇਜ਼ ਦੈਟ। ਦੇਖੋ ਉਹ ਡੈਮੋਕ੍ਰੇਸੀ ਨਹੀਂ ਹੁੰਦੀ ਨਾ ਉਹ ਡੈਮੋਕ੍ਰੈਟਿਕ ਕੰਟਰੀ ਹੈ ਇਹ ਹੈਗੀ ਹੈ ਮਾਰਕੀਟਿੰਗ ਦੀ ਕੰਪਨੀ। ਓਕੇ। ਹੁਣ ਜੇ ਉੱਥੇ 80% ਉਹ ਵੱਸਦੇ ਹੈ ਜਿਨ੍ਹਾਂ ਦਾ ਧਰਮ ਹਿੰਦੂ ਹੈ ਜੀ ਅਤੇ 18% ਉਹ ਵੱਸਦੇ ਹੈ ਜਿਨ੍ਹਾਂ ਦਾ ਧਰਮ ਮੁਸਲਿਮ ਹੈ 1% ਵੱਸਦੇ ਜਿਨ੍ਹਾਂ ਦਾ ਧਰਮ ਹੈਗਾ ਸਿੱਖ ਜੀ ਅਤੇ ਤੁਸੀਂ ਦੱਸੋ ਵੀ ਜਦੋਂ ਵੋਟਾਂ ਪੈਣੀਆਂ ਅਤੇ ਵੋਟਾਂ ਵੀ ਸਿਰਫ ਇਸ ਨਾਮ 'ਤੇ ਲਈਆਂ ਜਾਣ ਕਿ ਅਸੀਂ ਇਸ ਦੇਸ਼ ਦੇ ਵਿੱਚ ਸਿਰਫ ਹਿੰਦੂ ਵਤਾ ਦਾ ਏਜੰਡਾ ਲੈ ਕੇ ਆਵਾਂਗੇ ਅਤੇ ਇਹ ਤਾਂ ਮੁਬਾਰਕ ਗੱਲ ਹੈ ਕਿ ਹਿੰਦੂ ਇੰਨਾ ਆਪਣੇ ਆਪ ਨੂੰ ਸਮਝਦਾ ਔਰ ਇੰਨੀ ਆਪਣੇ ਆਪ ਦੀ ਰਿਸਪੈਕਟ ਜਾਂ ਈਗੋ ਰੱਖਦਾ ਕਿ ਉਹਨੇ ਵੋਟ ਦਿੱਤੀ। ਆਪਾਂ ਨੂੰ ਉਹਨਾਂ ਕੋਲ ਕੁਛ ਸਿੱਖਣਾ ਚਾਹੀਦਾ ਕਿ ਜੇ ਹਿੰਦੂ ਵਤਾ ਦੇ ਨਾਂ ਦੇ ਉੱਤੇ ਮੋਦੀ ਵਰਗਾ ਕਾਤਲ ਜਿਹੜਾ ਕਿ USA ਨੇ ਡੈਜ਼ੀਗਨੇਟ ਕੀਤਾ ਹੋਵੇ ਜੇ ਉਹ ਵੋਟਾਂ ਲੈ ਕੇ ਜਿੱਤ ਸਕਦੇ ਆ ਕਾਤਲ ਅਤੇ ਜਿਹੜੀ ਕੌਮ ਜਿਹਨੇ ਸਾਰੀ ਦੁਨੀਆਂ ਦੀ ਕੌਮਾਂ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕੀਤੀਆਂ ਸਿੱਖ ਕੀ ਆਪਾਂ ਨੂੰ ਆਪਣੇ ਰਾਜ ਦੇ ਲਈ ਇੱਕ ਦਿਨ ਕੱਢਣਾ $1 ਕੱਢਣਾ ਜਾਂ ਆਪਣਾ ਸਮਾਂ ਕਿਉਂ ਨਹੀਂ ਕੱਢਣਾ ਚਾਹੀਦਾ ਆਪਣੀ ਆਜ਼ਾਦੀ ਲਈ ਆਪਣੇ ਧਰਮ ਲਈ ਆਪਣੇ ਕੌਮ ਲਈ ਇਹ ਆਪਾਂ ਨੂੰ ਉਹਨਾਂ ਤੋਂ ਸਿੱਖ ਲਈਏ ਤਾਂ ਵੀ ਆਪਾਂ ਆਜ਼ਾਦ ਹੋ ਜਾਂਦੇ ਹਾਂ।
जी बिल्कुल, बिकॉज व्हेन एवर वी गो टू न्यू जर्सी, इफ यू गो टू लाइक अ जर्सी सिटी एंड ऑल यू सी इज लाइक नरेंद्र मोदी द पोस्टर्स लगे होंगे ने उत्थे, क्योंकि काफी सारी गुजराती कम्युनिटी उत्थे है, बट दैट्स द रीजन वी ब्रिंगिंग अवेयरनेस, इवन दो लाइक काफी सारे गुजराती भरा ने जो सारे सिख भरावान का मुसलमाना भरा का साथ देने, सो दे वुड नो हु दिस नरेंद्र मोदी इज लाइक नॉट टू सपोर्ट हिम वेल. बट वीर जी, आई वुड लाइक टू आस्क यू, हम थोड़े वाल भी आने हैं, जिस तरह आप पहला गल की कि नरेंद्र मोदी ने मुसलमानों के नाल की किया, आलसो नरेंद्र मोदी की जी सरकार है उसने जो गुजरात का मुख्यमंत्री है उन्हें जो अपने सिख उत्थे बसे हुए थे 1965 तो लैके उन्होंने भी बेघर कर दिता वा, उन्होंने भी उन्होंने को जमीन खो लीतियां ने, ईवन पंजाब सरकार ने भी अपने मुँह घुगनिया पाई हुई हैं, वो भी कुछ बोलते नहीं है, इस बारे तुम कहना चाहोगे? मैं तो यो कहना चाहना जी, जो मतलब मोदी ने सिखा के नाल गुजरात किया हूँ जी, आप वेख रहे कोई 25,000 सिख है मेरे वसद उ, तो उन्होंने बेघरों घर कर दिता, जी उन्होंने जमीन ने सस्ते रेट के उत्ते लै रहे हैं. हाँ जी, उन्होंने कहें भी ताड़ा कोई संबंध भी गुजरात के नाल नहीं है, इस करके तुम इतने रह नहीं सकते, अपन जमीन जीडिया छड़ के इतों चले जाओ. हाँ जी, उन्होंने सिखा ने भी आवाज़ बुलंद की उत्थे, वोटा भी इन्होंने बरखला पाइया, पर जी पंजाब सरकार इन्हें मूँह के घूमनिया पाइया जी, ये उस मोदी का साथ जोड़ा वा इन्होंने बादल वर्ग ने दिता. हाँ जी, इस करके जेड़े बादल ने जा पंजाब गवर्नमेंट ला लिए उन्होंने यदि मुठ्ठी चापी की थी हाँ जी मोदी की. हाँ जी, तो वो इन्होंने पलड़े दे विच पै चुके ने. मैं पहले भी बेनती की थी कि एक सिखा का मतलब बुक्कल का सप्प बन के हाँ सिखा नू ही डंग रहे ने. हाँ जी, जेड़े साडे सिख भैन भरा उत्थे वस रहे ने गुजरात दे विच जी, ये उन्होंने भी बेघरों घर करना चाहते ने. हाँ जी, जेकर ये सिख अपनी आवाज़ अपनी आइडेंटिटी बरकरार पंजाब गवर्नमेंट रखती है जी जा रखे, हाँ जी, ते फिर तो सिखा का कान कोई नहीं कर सकता. बिल्कुल, पर ये विके हुए ने. हाँ जी, अज सिख कौम जी पंजाब दे विच भी ते बाहर बैठी जी पंजाब गवर्नमेंट जो उका मूँह नहीं ला रही. हाँ जी, असं होर भी बेनती करा जिथे जिथे सिख वसते ने, खास करके पंजाब के सिखा जे गवर्नमेंट चला रहे ने, यह सिख तो नहीं जी, इन्हां भी खाखी निकरां ही पाईआं बादल वर्गियां ने, इन्हां नूं मूँह नहीं लाउणा चाहीदा. हाँ जी, अपनी होंद नूं बरकरार रखण वास्ते अकाल तख्त दी छत्रछाया हेठ जी आईए, ते अपने गुरु साहिबान ने जिहड़ा सानूं सिधान दित्ता संत सिपाही दा, हाँ जी, उस दे उत्ते पहरा दे के अपनी होंद नूं बरकरार जिंदा रखण वास्ते आपां हर पल हर घड़ी जिहड़ी आ उह आपां इस काज दे नाल चलीए जी. ते 30 तरीक नूं जिहड़ा वाइट हाउस दे विच सितंबर नूं प्रोग्राम कीता जा रहा, हाँ जी, मुजाहरा कीता जा रहा जां कन्वेंशन कीती जा रही आ, उस दे विच घरां तों बाहर निकलो. हाँ जी, ते आपां इस दुष्ट दा जिन्ने कतल कीते ने माइनोरिटीज़ पीपलां दे ਇਹਦੇ ਬਰਖਲਾਫ ਉੱਠ ਕੇ ਆਪਣੀ ਆਵਾਜ਼ ਨੂੰ ਜਿਹੜਾ ਉਹ ਬੁਲੰਦ ਕਰੀਏ. ਜੀ ਬਿਲਕੁਲ ਬਿਲਕੁਲ ਵੀਰ ਜੀ, ਅਤੇ ਵੀਰ ਜੀ ਜਿਸ ਤਰ੍ਹਾਂ ਮੈਂ ਵੀ ਗੁਰਪਤਵੰਤ ਸਿੰਘ ਪੰਨੂ ਜੀ ਨੇ ਆਲਰੇਡੀ ਗੱਲਬਾਤ ਕੀਤੀ ਸੀ, ਕਿਸ ਤਰ੍ਹਾਂ ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਨੇ ਸਿੱਖਾਂ ਬੋਧੀਆਂ ਜੈਨੀਆਂ ਨੂੰ ਹਿੰਦੂਆਂ ਦਾ ਅੰਗ ਦੱਸਿਆ ਹੈ, ਇਹ ਲਾਈਕ ਇਸ ਦੇ ਉੱਪਰ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਵੀ ਕੁਛ ਬੋਲਿਆ ਨਹੀਂ, ਨਾ ਹੀ ਬਾਦਲ ਅਕਾਲੀ ਦਲ ਨੇ ਕੁਛ ਬੋਲਿਆ, ਨਾ ਹੀ ਜਿਹੜੀਆਂ ਇੰਡੀਆ ਦੇ ਵਿੱਚ ਨਵੀਆਂ ਗਵਰਨਮੈਂਟਾਂ ਆਈਆਂ ਨੇ, ਭਾਵੇਂ ਆਮ ਆਦਮੀ ਪਾਰਟੀ ਹੋਵੇ, ਕਾਂਗਰਸ, ਦਿਸ ਨੋਬਡੀ ਸੈਡ ਐਨੀਥਿੰਗ ਅਬਾਊਟ ਇਟ, ਸੋ ਤੁਸੀਂ ਇਸ ਦੇ ਜਵਾਬ ਵਿੱਚ ਕੀ ਕਹਿਣਾ ਚਾਹੋਗੇ? ਮੈਂ ਤਾਂ ਥੋੜ੍ਹਾ ਪਹਿਲਾਂ ਇਹ ਕਹਾਂਗਾ ਜਿਹੜੇ ਸਾਡੇ ਅਕਾਲ ਤਖ਼ਤ ਦੇ ਸਾਡੇ ਜਥੇਦਾਰ ਨੇ ਇਕਬਾਲ ਸਿੰਘ ਜੀ ਹੋਣੀ ਜੀ, ਉਹ ਉਸ ਦੇ ਨਾਲ ਬਹਿ ਕੇ ਮਤਲਬ ਇਕੱਠੀ ਸਟੇਜ ਸਾਂਝੀ ਕਰ ਰਹੇ ਨੇ, ਉਹ ਚੰਗਾ ਕੀਤਾ ਅਕਾਲ ਤਖ਼ਤ ਦੇ ਜਥੇਦਾਰ ਨੇ ਕਿ ਉਹਨਾਂ ਨੂੰ ਮਤਲਬ ਕਟਹਿਰੇ 'ਚ ਖੜਾ ਕਰ ਲਿਆ. ਹਾਂਜੀ, ਉਹਨਾਂ ਨੂੰ ਪੰਥ ਛੋ ਛੇਕਣ ਦੀ ਗੱਲ ਕੀਤੀ ਗਈ ਜੀ, ਪਰ ਜੇ ਜਥੇਦਾਰ ਅਕਾਲ ਤਖ਼ਤ ਆ, ਜੇ ਉਹ ਵੀ ਪੰਜਾਬ ਗੌਰਮੈਂਟ ਦੇ ਛਾਏ ਦੇ ਥੱਲੇ ਵੈਸੇ ਵੇਲੇ ਵੱਸ ਰਹੇ ਨੇ ਜੀ, ਬਿਲਕੁਲ, ਜੇ ਸਾਡਾ ਉੱਥੇ ਅਕਾਲ ਤਖ਼ਤ ਦਾ ਜਥੇਦਾਰ ਨਿਰਪੱਖ ਹੋਵੇ, ਤਾਂ ਉਹ ਜਿਹੜਾ ਆਵਾਜ਼ ਜਿਹੜੀ ਆ ਉਹ ਬੁਲੰਦ ਜ਼ਰੂਰ ਕਰੇਗਾ. ਜਥੇਦਾਰ ਸਾਹਿਬ ਨੇ ਸਿਰਫ ਇੰਨੀ ਗੱਲ ਜ਼ਰੂਰ ਕਹੀ ਕਿ ਜਿਹੜਾ ਮਤਲਬ ਇਹੋ ਜਿਹੇ ਬਿਆਨ ਦੇਣੇ ਆ ਉਹ ਜਾਇਜ਼ ਨਹੀਂ ਜੀ, ਪਰ ਚੰਗਾ ਠੂਕ ਕੇ ਜਿੱਦਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਫਰਜ਼ ਬਣਦਾ ਸੀਗਾ ਉਹ ਉਸ ਤਰ੍ਹਾਂ ਬਿਆਨ ਨਹੀਂ ਦਿੱਤਾ. ਹਾਂਜੀ, ਅਸੀਂ ਬੇਨਤੀ ਕਰਾਂਗੇ ਅਕਾਲ ਤਖ਼ਤ ਸਾਹਿਬ ਨੂੰ ਅਗੇਨ, ਹਾਂਜੀ, ਕਿ ਜਿਹੜਾ ਬੰਦਾ ਸਿੱਖਾਂ ਦੇ ਬਰਖਿਲਾਫ਼ ਕੋਈ ਵੀ ਗੱਲ ਜਾਂ ਕੋਈ ਵੀ ਮੁੱਦਾ ਆਵਾਜ਼ ਬੁਲੰਦ ਕਰਦਾ ਉਸ ਦੇ ਉੱਤੇ ਠੋਕ ਕੇ ਪਹਿਰਾ ਦਿੱਤਾ ਜਾਵੇ, ਜੋ ਅਕਾਲ ਤਖ਼ਤ ਸਾਹਿਬ ਦਾ ਸਿਧਾਂਤ ਆ. ਹਾਂਜੀ, ਜੇ ਅੱਜ ਜਥੇਦਾਰ ਸਾਹਿਬ ਅਕਾਲ ਤਖ਼ਤ ਦੇ ਸਿਧਾਂਤ ਨੂੰ ਛੇਵੇਂ ਪਾਤਸ਼ਾਹ ਦਾ ਰਚਿਆ ਹੋਇਆ ਤਖ਼ਤ ਜਿਹੜਾ ਵਾ ਜੀ ਉਸ ਦੇ ਉੱਤੋਂ ਠੋਕ ਕੇ ਆਵਾਜ਼ ਦੇਣਗੇ ਤਾਂ ਸਾਰੀ ਸਿੱਖ ਕੌਮ ਜਿਹੜੀ ਆ ਉਹ ਅਕਾਲ ਤਖ਼ਤ ਦੇ ਜਥੇਦਾਰ ਨਾਲ ਖੜੇਗੀ. ਬਿਲਕੁਲ ਬਿਲਕੁਲ, ਪਰ ਜੇ ਉਹ ਆਵਾਜ਼ ਬਾਦਲਾਂ ਦੇ ਕਹਿਣ ਦੇ ਉੱਤੇ ਦਿੰਦੇ ਨੇ ਤਾਂ ਸਿੱਖ ਕੌਮ ਉਹਨਾਂ ਦਾ ਵਿਰੋਧ ਜਿਹੜਾ ਅੱਗੇ ਵੀ ਕਰ ਰਹੀ ਹੈ ਅਤੇ ਹੋਰ ਠੋਕੇ ਕਰਨਗੇ. ਇਸ ਕਰਕੇ ਉਹਨਾਂ ਨੂੰ ਬੇਨਤੀ ਆ ਅਕਾਲ ਤਖ਼ਤ ਨੂੰ
ਸਿੱਖ ਫਾਰ ਜਸਟਿਸ ਅਕਾਲ ਤਖ਼ਤ ਦੇ ਸਿਧਾਂਤ ਦੇ ਨਾਲ ਖੜੀ ਆ। ਹਾਂਜੀ, ਜਿਹੜਾ ਅਕਾਲ ਤਖ਼ਤ ਦਾ ਸਿਧਾਂਤ ਛੇਵੇਂ ਪਾਤਸ਼ਾਹ ਨੇ ਬਣਾਇਆ ਸੀਗਾ ਜੀ, ਅਸੀਂ ਕਿਸੇ ਜਿਹੜਾ ਬੰਦਾ ਉੱਥੇ ਬੈਠਾ ਵਾ ਅਸੀਂ ਉਹਦੇ ਨਾਲ ਨਹੀਂ ਜੁੜੇ, ਅਸੀਂ ਅਕਾਲ ਤਖ਼ਤ ਦੇ ਸਿਧਾਂਤ ਦੇ ਨਾਲ ਜੁੜੇ ਹਾਂ। ਹਾਂਜੀ, ਅਤੇ ਜਿੱਥੇ ਕਿਤੇ ਵੀ ਆਵਾਜ਼ ਜਿਹੜੀ ਆ ਉਹ ਕੌਮ ਦੇ ਹੱਕ ਦੇ ਵਿੱਚ ਨਹੀਂ ਉੱਠਦੀ, ਭਾਵੇਂ ਕੋਈ ਵੀ ਬੰਦਾ ਬੈਠਾ ਹੋਵੇ, ਅਸੀਂ ਉਹਦੀ ਮੁਖਾਲਫਤ ਜ਼ਰੂਰ ਕਰਾਂਗੇ। ਜੀ ਬਿਲਕੁਲ, ਥੈਂਕ ਯੂ ਸੋ ਮਚ ਵੀਰ ਜੀ। ਵੀਰ ਜੀ, ਲੈਟਸ ਗੋ ਬੈਕ ਟੂ 30th September। ਜਿਸ ਤਰ੍ਹਾਂ ਜਿਹੜਾ ਇਹ ਨਸਲਕੁਸ਼ੀਆਂ ਦੀ ਆਪਾਂ ਗੱਲ ਕਰਦੇ ਹਾਂ ਜਾਂ ਫਿਸਾਨਾ ਜੋ ਵੀ ਇਹਨਾਂ ਨੇ ਫੇਕ ਇਨਕਾਊਂਟਰਸ ਕੀਤੇ ਸੀ, ਕਾਫੀ ਸਾਰੇ ਸਾਡੇ ਬਜ਼ੁਰਗਾਂ ਨੂੰ ਤਾਂ ਇਸ ਬਾਰੇ ਪਤਾ ਹੈ, ਕਾਫੀ ਯੰਗ ਜਨਰੇਸ਼ਨ ਵੀ ਇਸ ਨਾਲ ਇਨਵੋਲਵ ਹੋ ਰਹੀ ਹੈ, ਪਰ ਜਿਸ ਤਰ੍ਹਾਂ ਸਾਡੇ ਕਾਫੀ ਸਾਰੇ ਜਿਹੜੇ ਬਜ਼ੁਰਗ ਹੈ ਆਲ ਓਵਰ ਦਾ ਵਰਲਡ ਜਾਂ ਫਿਰ ਆਲ ਓਵਰ ਵੀ ਕਿਸੇ ਅਮੈਰੀਕਾ ਦੇ ਵਿੱਚ ਵੱਸਦੇ ਨੇ, ਇਹਨਾਂ ਟਰਾਂਸਪੋਰਟੇਸ਼ਨ ਦਾ ਕਿਸ ਤਰ੍ਹਾਂ ਤੁਸੀਂ ਕਰੋਗੇ, ਉਹ ਕਿਸ ਤਰ੍ਹਾਂ ਆਉਣ ਇੱਥੇ ਪਹੁੰਚਣਗੇ, ਲਾਈਕ ਐਨੀ ਗੁਰਦੁਆਰਾ ਜ਼ੋਰ ਐਨੀ ਅਦਰ ਜਥੇਬੰਦੀਆਂ ਇਜ਼ ਗੋਨਾ ਹੈਲਪ ਦੈਮ ਟੂ ਟਰਾਂਸਪੋਰਟ। ਦੇਖੋ, ਇਹਦੇ 'ਚ ਮੈਂ ਤਾਂ ਹਰ ਇੱਕ ਨੂੰ ਇਹ ਕਹਿੰਦਾ ਕਿ ਜਦੋਂ ਆਪਣੇ ਘਰ ਦੇ ਵਿੱਚ ਕੋਈ ਖੁਸ਼ੀ ਦਾ ਮੌਕਾ ਹੁੰਦਾ ਜੀ, ਚਾਹੇ ਉਹ ਭੈਣ ਭਰਾ ਦਾ ਵਿਆਹ ਵਾਸ਼ਿੰਗਟਨ DC ਜੀ ਜਾਂ ਹੈ ਲੰਡਨ UK, ਹਾਂਜੀ, ਤੇ ਉਦੋਂ ਤੁਸੀਂ ਗੁਰਦੁਆਰਿਆਂ ਦੇ ਕੋਲ ਜਾ ਕੇ ਬੱਸਾਂ ਦੀ ਮੰਗ ਨਹੀਂ ਕਰਦੇ ਜੀ, ਤੁਹਾਡੇ ਕੋਲ ਜੇਬਾਂ 'ਚ ਕ੍ਰੈਡਿਟ ਕਾਰਡ ਹੈ ਤੇ ਤੁਸੀਂ ਟਿਕਟਾਂ ਲੈਂਦੇ ਹੋ ਤੇ ਉਧਰ ਨੂੰ ਵੀ ਹੀਰਾਂ ਘੱਤ ਦਿੰਦੇ ਹੋ। ਹਾਂਜੀ, ਇਹ ਕੌਮ ਨੂੰ ਇਸ ਗੱਲ ਤੋਂ ਉੱਤੇ ਉੱਠਣਾ ਪੈਣਾ ਹੈ ਕਿ ਮੈਨੂੰ ਲੈ ਕੇ ਕੌਣ ਜਾਵੇ। ਇਹਦਾ ਮਤਲਬ ਹੈ ਵੀ ਉਹਨਾਂ ਦੀ ਅੰਤਰ ਆਤਮਾ ਸਿੱਖ ਕੌਮ ਤੇ ਸਿੱਖ ਧਰਮ ਦੇ ਅਸੂਲਾਂ ਦੇ ਨਾਲ ਨਹੀਂ ਗੀ ਜੀ, ਉਹ ਸਿਰਫ ਮੂੰਹ ਰੱਖੀ ਕਰਨੀ ਦਿਖਾਵਾ ਕਰਨਾ ਵਾਸਤੇ ਜਿਹੜਾ ਉਹ ਇਹ ਕੰਮ ਕਰਦੇ ਆ। ਹਾਂਜੀ, ਜਿੱਥੇ ਬਜ਼ੁਰਗਾਂ ਦੀ ਗੱਲ ਰਹੀ ਵੀ ਜਿਨ੍ਹਾਂ ਨੂੰ ਕੋਈ ਲਿਜਾਣ ਵਾਲੇ ਨਹੀਂ ਗੇ, ਹਾਂਜੀ, ਉਹ ਗੁਰਦੁਆਰਾ ਸਾਹਿਬਾਨ ਦੀਆਂ ਮੈਨੇਜਮੈਂਟ ਕਮੇਟੀਆਂ ਨੂੰ, ਚਾਹੇ ਉਹ ਨਿਊਯਾਰਕ ਦੀਆਂ ਜੀ, ਬਹੁਤ ਵੱਡਾ ਇਕੱਠ ਹੋਇਆ ਸੀ ਨਿਊਜਰਸੀ 'ਚ ਕਾਰਟਰੇਟ ਦੇ ਵਿੱਚ ਗੁਰਦੁਆਰਾ ਸਾਹਿਬਾਨ ਦੀ ਕਮੇਟੀਆਂ ਦਾ ਹੋਰ ਸੰਸਥਾਵਾਂ ਦਾ, ਜਿਹਦੇ ਵਿੱਚ ਉਹਨਾਂ ਨੇ ਇਹ ਜ਼ਿੰਮੇਵਾਰੀ ਲਈ ਸੀ ਕਿ ਅਸੀਂ ਬੱਸਾਂ ਜਿਹੜੀਆਂ ਹੈ ਨਿਊਯਾਰਕ, ਨਿਊਜਰਸੀ, ਪੈਨਸਲਵੇਨੀਆ, ਸ਼ਿਕਾਗੋ, ਇੰਡੀਆਨਾ ਗੁਰਦੁਆਰਾ ਸਾਹਿਬਾਨ ਤੋਂ ਚਲਾਵਾਂਗੇ। ਹਾਂਜੀ, ਔਰ ਆਪਣੀ ਕੌਮ ਨੂੰ ਆਪਣਾ ਫਰਜ਼ ਸਮਝਦੇ ਹੋਏ ਜੀ, ਇਹ ਗੁਰਦੁਆਰਾ ਸਾਹਿਬਾਨ ਦਾ ਕੰਮ ਨਹੀਂ ਗਾ, ਹਾਂਜੀ, ਨਾ ਹੀ ਕਿਸੇ ਗੁਰਦੁਆਰਾ ਸਾਹਿਬਾਨ ਦੀ ਕਮੇਟੀ ਜਾਂ ਉਹਨਾਂ ਦਾ ਤੁਸੀਂ ਕੋਈ ਬਾਇਲਾਜ ਲੈ ਲਓ, ਉਹਦੇ ਵਿੱਚ ਨਹੀਂ ਲਿਖਿਆ ਕਿ ਉਹਨਾਂ ਨੇ ਇਸ ਕੰਮ 'ਚ ਮਦਦ ਕਰਨੀ ਹੈ ਜੀ। ਆਪਾਂ ਆਪਣਾ ਜਿਹੜਾ ਮੋਢਿਆਂ ਦਾ ਚੱਕਿਆ ਭਾਰ ਉਹਨਾਂ 'ਤੇ ਨਾ ਕਰਿਆ ਕਰੀਏ, ਆਪਣੀ ਜ਼ਿੰਮੇਵਾਰੀ ਹੈ। ਬਿਲਕੁਲ, ਆਪਾਂ ਸਿੱਖਾਂ, ਗੁਰੂ ਨਾਨਕ ਨਾਮ ਲੈਵਾ, ਆਪਣੀ ਜ਼ਿੰਮੇਵਾਰੀ ਵੀ ਅਸੀਂ ਵਾਸ਼ਿੰਗਟਨ DC ਕਿਵੇਂ ਪਹੁੰਚਣਾ। ਹਾਂਜੀ ਹਾਂਜੀ, ਸੋ ਹਰ ਇੱਕ ਨੂੰ ਮੋਟੀਵੇਟ ਇਹ ਕਰੀਏ ਕਿ ਸਿੱਖ ਕੌਮ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਣ ਵਾਲਾ, ਹਾਂਜੀ, ਘੱਟ ਗਿਣਤੀਆਂ ਦਾ ਕਤਲ ਕਰਨ ਵਾਲਾ, ਹਾਂਜੀ, ਔਰ ਉਸ ਦੇਸ਼ ਨੂੰ ਇੱਕ ਹਿੰਦੂ ਦੇਸ਼ ਬਣਾਉਣ ਵਾਲਾ, ਇਹਨਾਂ ਨੂੰ ਮੁਬਾਰਕ ਹੋਵੇ ਉਸ ਨੂੰ ਬਿਲਕੁਲ ਬਣਾਉਣ ਜੀ। ਆਪਾਂ ਆਪਣਾ ਇੱਕ ਸਿੱਖਾਂ ਦੀ ਜਿਹੜੀ ਆਜ਼ਾਦੀ ਦੀ ਲਹਿਰ ਚਲਾਈ ਹੈ ਉਹਦਾ ਹਿੱਸਾ ਬਣੀਏ, ਔਰ ਉਹਦੇ ਲਈ 30 September ਨੂੰ ਵਾਸ਼ਿੰਗਟਨ DC ਚਾਹੇ ਪੈਦਲ ਪਹੁੰਚਣਾ ਪਏ, ਚਾਹੇ ਪਲੇਨ 'ਚ ਆਉਣਾ ਪਏ, ਤੇ ਚਾਹੇ ਆਉਣਾ ਪਵੇ ਟ੍ਰੇਨ 'ਚ, ਆਪਾਂ ਉੱਥੇ ਪਹੁੰਚੀਏ। ਜੀ ਬਿਲਕੁਲ ਬਿਲਕੁਲ, ਰੀਜ਼ਨ ਵਾਈ ਆਸਕ ਦਿਸ ਕੁਐਸਚਨ ਬਿਕੋਜ਼ ਕਾਫੀ ਵਾਰ ਸਾਡੇ ਸਿੱਖ ਭਰਾ ਹੁੰਦੇ ਨੇ, ਆਈ ਮੀਨ ਦੇ ਵਾਂਟ ਟੂ ਕਮ ਬਟ ਦੇ ਆਲਵੇਸ ਹੈਵ ਸਮ ਐਕਸਕਿਊਜ਼ਸ ਇਨ ਦਾ ਬੈਕ, ਸੋ ਦੈਟਸ ਵਾਈ ਆਮ ਟੈਲਿੰਗ ਯੂ ਲਾਈਕ ਦਿਸ ਇਜ਼ ਨਾਟ ਟਾਈਮ ਟੂ ਐਕਸਕਿਊਜ਼, ਦਿਸ ਇਜ਼ ਟਾਈਮ ਟੂ ਸਟੈਂਡ ਅਪ ਐਂਡ ਸ਼ੋ ਦੈਮ ਦੈਟ ਵੀ ਡੂ ਸਪੋਰਟ ਆਵਰ ਖਾਲਿਸਤਾਨ, ਵੀ ਡੂ ਸਪੋਰਟ ਐਵਰੀਬਡੀ, ਵੀ ਡੂ ਸਪੋਰਟ ਸਿੱਖਸ ਫੋਰ ਜਸਟਿਸ, ਅਸੀਂ ਸਾਰੇ ਤੁਹਾਡੇ ਨਾਲ ਖੜੇ ਹੋਏ ਹਾਂ, ਐਂਡ ਆ ਰਿਕੁਐਸਟ ਐਵਰੀਬਡੀ ਕਿ ਪੂਰੇ ਟਾਈਮ ਦੇ ਨਾਲ ਪਹੁੰਚੇ, ਯੂ ਸੈਡ ਸਿਰਫ ਫਰੋਮ 11 ਟੂ 2 ਓਕਲਾਕ ਇਨ ਦਾ ਪਾਰਕ, ਐਂਡ ਐਵਰੀਬਡੀ ਆ ਰਿਕੁਐਸਟ ਐਵਰੀਵਨ ਜੋ ਸਾਨੂੰ ਵੇਖ ਰਹੇ ਨੇ ਉਸ ਟਾਈਮ 'ਤੇ ਪਹੁੰਚੋ। ਅਤੇ ਵੀ ਜੀ, ਆਈ ਵੁੱਡ ਲਾਈਕ ਟੂ ਆਸਕ ਯੂ ਵਨ ਮੋਰ ਕੁਐਸਚਨ ਰਿਗਾਰਡਿੰਗ ਯੋਰ ਜਥੇਬੰਦੀ, ਜਿਸ ਤਰ੍ਹਾਂ ਪਿਛਲੀ ਵਾਰੀ ਅਰਾਊਂਡ ਲਾਈਕ ਜੂਨ 6th ਵੀ ਵੈਂਟ ਟੂ ਜਿਸ ਯੂਨਾਈਟਡ ਨੇਸ਼ਨ ਦੀ ਬਿਲਡਿੰਗ ਦੇ ਮੋਹਰੇ 7/8 ਮਾਰਚ ਕੀਤਾ ਸੀਗਾ, ਉਸ ਵਿੱਚ ਤੁਸੀਂ 2020 ਦੀ ਗੱਲ ਕੀਤੀ ਸੀ, ਲਾਰਜ ਪੀਪਲ ਆਰ ਕਨਫਿਊਜ਼ ਅਬਾਊਟ 2020, ਇਹ ਜਿਹੜੀ ਪ੍ਰਭੂ ਸੱਤਾ 2020 ਹੈ ਇਸ ਬਾਰੇ ਵੀ ਥੋੜ੍ਹੀ ਡਿਟੇਲ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਦੇਖੋ, 6 June ਨੂੰ 30 years ਹੋ ਗਏ ਸੀਗੇ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਹੋਏ ਨੂੰ। ਹਾਂਜੀ, ਮਤਲਬ ਆਪਾਂ ਸਾਲਾਂ ਦੇ ਹੇਰ ਫੇਰ 'ਚ ਨਹੀਂ ਪੈਂਦੇ, 29th ਸਾਲ ਵੀ ਆਪਾਂ ਨੂੰ ਉਨਾ ਦੁੱਖ ਸੀ, ਬਿਲਕੁਲ, 20th ਸਾਲ 'ਚ ਵੀ ਉਹਨਾਂ ਦੇ, ਅਗਲੇ ਸਾਲ ਵੀ ਉਨਾ ਰਹਿਣਾ। ਹਾਂਜੀ, ਲੇਕਿਨ ਜਦੋਂ ਸਿੱਖਸ ਫਾਰ ਜਸਟਿਸ ਮਨੁੱਖੀ ਅਧਿਕਾਰ ਸੰਸਥਾ 2007 'ਚ ਹੋਂਦ 'ਚ ਆਈ ਜੀ, ਸਾਡਾ ਜਿਹੜਾ ਬਾਇਲਾਜ਼ ਆ, ਜਿਹੜਾ ਸਾਡਾ ਯੂਨਾਈਟਡ ਨੇਸ਼ਨਸ ਦੀ ਹਿਊਮਨ ਰਾਈਟਸ ਡੈਕਲਰੇਸ਼ਨ ਹੈ ਜਿਹਦੇ ਤਹਿਤ ਅਸੀਂ ਆਪਣਾ ਸੰਵਿਧਾਨ ਬਣਾਇਆ, ਉਹ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ। ਹਾਂਜੀ, ਵੀ ਅਸੀਂ ਸਿੱਖਾਂ ਦੀ ਆਜ਼ਾਦੀ ਦੇ ਲਈ, ਪ੍ਰਭੂ ਸੱਤਾ ਦੇ ਲਈ, ਸਿੱਖ ਰਾਜ ਦੇ ਲਈ ਕੰਮ ਕਰਾਂਗੇ ਜੀ। ਸਭ ਤੋਂ ਪਹਿਲਾਂ ਜ਼ਰੂਰੀ ਸੀ ਕਿ 2007 ਤੋਂ ਇਹ ਦੱਸਣਾ ਕਿ ਸਿੱਖਾਂ ਦੇ ਨਾਲ ਜੂਨ 84 ਤੋਂ ਲੈ ਕੇ ਅੱਜ ਤੱਕ ਕੀ ਹੋਇਆ ਜੀ, ਜਿਸ ਨੂੰ ਸਿੱਖ ਵਿਰੋਧੀ ਦੰਗੇ ਕਿਹਾ ਗਿਆ November 1984 ਚ, ਹਾਂਜੀ, ਅਕਾਲ ਤਖ਼ਤ ਸਾਹਿਬ ਤੇ ਹਮਲੇ ਨੂੰ ਇਹ ਕਿਹਾ ਗਿਆ ਜੀ ਅੰਦਰ ਅੱਤਵਾਦੀ ਸੰਤ ਜਰਨੈਲ ਸਿੰਘ ਭਿੰਡਰਾਂਵਾਲ ਔਰ ਉਹਨਾਂ ਦੇ ਅੱਤਵਾਦੀ ਸਾਥੀ ਬੈਠੇ ਸੀ, ਹਾਂਜੀ, ਉਹਨਾਂ ਦਾ ਰੈਕਰਡ ਕੱਢ ਕੇ ਸਾਹਮਣੇ ਲਿਆਂਦਾ ਗਿਆ ਕਿ ਉਹਨਾਂ ਚੋਂ 90-95% ਜਿਹੜੇ ਸਿੱਖ ਕੌਮ ਦੇ ਜੁਝਾਰੂ ਸੀ, ਕਿਸੇ ਦੇ ਉੱਤੇ ਕੋਈ ਵੀ ਕੇਸ ਨਹੀਂ ਸੀ ਦਰਜ ਜੀ, ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਇੱਕ ਲਹਿਰ ਚਲਾਈ ਸੀ
ਸਿੱਖਾਂ ਦੀ ਖੁਦਮੁਖਤਿਆਰੀ ਦੀ, ਸਿੱਖਾਂ ਦੀ ਆਜ਼ਾਦੀ ਦੀ, ਉਹਨੂੰ ਕੁਚਲਣ ਵਾਸਤੇ, ਉਹਨੂੰ ਦਬਾਉਣ ਵਾਸਤੇ ਅਤੇ ਸਿੱਖ ਕੌਮ ਨੂੰ ਇੱਕ ਸਬਕ ਸਿਖਾਉਣ ਵਾਸਤੇ ਅਕਾਲ ਤਖ਼ਤ ਸਾਹਿਬ ਢਾਇਆ ਗਿਆ ਸੀ। ਹਾਂਜੀ, ਉਹ ਅਸੀਂ 2007 ਤੋਂ ਲੈ ਕੇ ਅੱਜ ਤੱਕ ਕਾਮਯਾਬ ਹੋਏ। ਹਾਂਜੀ, ਔਰ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਇੱਕ ਕੇਸ ਇੰਡੀਆ ਦੇ ਖਿਲਾਫ 2013 ਦਾ ਦਰਜ ਕਰ ਦਿੱਤਾ ਗਿਆ। ਹਾਂਜੀ, ਹਾਲਾਂਕਿ ਯੂਨਾਈਟਿਡ ਨੇਸ਼ਨਸ ਵੀ ਇੱਕ ਐਡਮਿਨਿਸਟ੍ਰੇਟਿਵ ਬਾਡੀ ਹੈ, ਪਰ ਅਸੀਂ ਹਰ ਉਹ ਕਾਨੂੰਨ ਦਾ ਦਰਵਾਜ਼ਾ ਖੜਕਾਉਣਾ ਚਾਹੁੰਦੇ ਹਾਂ ਇਸ ਤੋਂ ਪਹਿਲਾਂ ਕਿ ਕਾਨੂੰਨ ਲੋਕ ਆਪਣੇ ਹੱਥ ਚ ਲੈ ਲੈਣ, ਤਾਂ ਇਹ ਨਾ ਕੱਲ੍ਹ ਨੂੰ ਕੋਈ ਵੀ ਸਾਨੂੰ ਤੁਸੀਂ ਦੱਸਿਆ ਨਹੀਂ ਤੁਸੀਂ ਆਜ਼ਾਦੀ ਮੰਗ ਕਰਦੇ ਹੋ। ਹਾਂਜੀ, ਜਿਹੜੀ ਆਜ਼ਾਦੀ ਦੀ ਲਹਿਰ 84 ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਿਹਾ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਸਿੱਖ ਕੌਮ ਦੀ ਭਾਰਤ ਕੋਲੋਂ ਆਜ਼ਾਦੀ ਦਾ ਜਿਹੜਾ ਬਿਗਲ ਵਜਾ ਦੇਗੀ, 1986 ਦੀ ਡਿਕਲਰੇਸ਼ਨ ਜਿਹੜੀ ਅਲੱਗ ਰਾਜ ਦੀ ਖਾਲਿਸਤਾਨ ਦੀ ਜਿਹੜੀ ਮੋਹਰ ਲਗਾਈ ਉਹਨਾਂ ਨੇ ਕਿ ਅਲੱਗ ਰਾਜ ਸਾਡਾ ਖਾਲਿਸਤਾਨ ਲੈਣਾ ਮੁੱਖ ਮੰਤਵ ਹੈ, ਉਸੇ ਨੂੰ ਅੱਗੇ ਵਧਾਉਂਦੇ ਹੋਏ ਉਹਦਾ ਇੱਕ ਸਟੈਪ ਅਸੀਂ ਕੌਮ ਨੂੰ ਦੱਸਿਆ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਾਂ 2020 ਦੇ ਵਿੱਚ ਇੱਕ ਰੈਫਰੈਂਡਮ, ਜੋ ਕਿ ਯੂਨਾਈਟਿਡ ਨੇਸ਼ਨਸ ਦਾ ਤਰੀਕਾ ਹੈ ਪਲੈਬੇਸਾਈਟ, ਕਿ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਨੂੰ ਇਹ ਮੰਗ ਕੀਤੀ ਜਾਏਗੀ, ਇਹ ਪੁੱਛਿਆ ਜਾਏਗਾ ਕਿ ਤੁਸੀਂ ਇੱਕ ਅਲੱਗ ਸਿੱਖ ਰਾਜ ਦੇ ਹਾਮੀ ਹੋ, ਜੇ ਹੋ ਤਾਂ ਤੁਸੀਂ ਇਸ ਜਗ੍ਹਾ ਦੇ ਉੱਤੇ ਸਾਈਨ ਕਰੋ ਤਾਂ ਕਿ ਅਸੀਂ ਇਸ ਨੂੰ ਯੂਨਾਈਟਿਡ ਨੇਸ਼ਨਸ 'ਚ ਲੈ ਕੇ ਜਾ ਸਕੀਏ, ਔਰ ਕਾਨੂੰਨ ਦੇ ਮੁਤਾਬਕ ਅਸੀਂ ਜਿਹੜਾ ਹੈ ਪੰਜਾਬ ਦਾ ਰਾਜ, ਸਿੱਖ ਕੌਮ ਦਾ ਰਾਜ, ਖਾਲਿਸਤਾਨ ਦਾ ਰਾਜ, ਸਿੱਖਾਂ ਦਾ ਰਾਜ ਵਾਪਸ ਬਹਾਲ ਕਰ ਸਕੀਏ। ਜੀ ਬਿਲਕੁਲ ਬਿਲਕੁਲ ਵੀਰ ਜੀ, ਐਗਰੀ ਵਿਦ ਯੂ, ਬਿਕੋਜ਼ ਆਈ ਰਿਮੈਂਬਰ ਵੈਨ ਆਈ ਵੈਂਟ ਟੂ ਦਿਸ ਪਲੇਸ ਵਿਦ ਯੂ ਪ੍ਰੋਟੈਸਟਸ, ਜੋ ਦਾ ਗੇ ਸੀ TV84 ਨੇ ਕਵਰ ਵੀ ਕੀਤਾ ਸੀਗਾ, ਐਂਡ ਕਾਫੀ ਸਾਰੀਆਂ ਸਿੱਖ ਸੰਗਤਾਂ ਪੂਰੀ ਸ਼ਰਧਾ ਦੇ ਨਾਲ, ਪੂਰੇ ਸਮੂਹ ਨਾਲ ਸਾਰੇ ਉੱਥੇ ਪਹੁੰਚੇ ਹੋਏ ਸੀਗੇ, ਸਾਰੀ ਕਾਫੀ ਸਾਰੀ ਯੰਗਰ ਜਨਰੇਸ਼ਨ ਵੀ ਉੱਥੇ ਪਹੁੰਚੀ ਹੋਈ ਸੀਗੀ। ਸੋ ਆਈ ਨੋ ਕਿ ਐਵਰੀ ਵਨ ਦੈਟ ਵਾਂਟਸ ਅ ਚੇਂਜ, ਸਾਰੇ ਚੇਂਜ ਚਾਹੁੰਦੇ ਨੇ, ਅਸੀਂ ਸਾਰੇ ਤੁਹਾਡੇ ਨਾਲ ਹਾਂ। ਅਤੇ ਵੀਰ ਜੀ, ਇਸ ਤਰ੍ਹਾਂ ਮੈਂ ਆਈ ਵੈਂਟ ਟੂ ਯੂਰ ਵੈਬਸਾਈਟ ਐਜ਼ ਵੈਲ, facebook.com/sikhsforjustice ਪੇਜ, ਉਸ ਦੇ ਉੱਪਰ ਮੈਂ ਇੱਕ ਪਿਕਚਰ ਦੇਖੀ ਸੀ ਜਿਸ ਵਿੱਚ ਪਿੰਕੀ ਕੈਟ ਦੀ ਫੋਟੋ ਸੀਗੀ, ਉਹਨੇ ਖਾਕੀ ਨਿੱਕਰ ਪਾਈ ਹੋਈ ਸੀ, ਐਂਡ ਵੀਰ ਜੀ ਨੇ ਗੱਲ ਕੀਤੀ ਸੀ ਕਿ ਬਾਦਲ ਅਕਾਲੀ ਦਲ ਨੇ ਵੀ ਨੀਚੇ ਖਾਕੀ ਕਿੱਕਰ ਨਿੱਕਰ ਪਾਈ ਹੋਈ ਹੈ। ਸੋ ਵੁੱਡ ਲਾਈਕ ਟੂ ਆਸਕ ਯੂ, ਸਰ ਪਿੰਕੀ ਕੈਟ ਨੇ ਇੰਨੇ ਕਤਲ ਕੀਤੇ ਸੀਗੇ, ਇਹਨੇ ਬੀਬੀਆਂ ਦੇ ਰੇਪ ਕੀਤੇ ਸੀਗੇ, ਉਹਨੂੰ ਗੁੱਡ ਕੰਡਕਟ ਦੇ ਹਵਾਲੇ ਨਾਲ ਪੰਜਾਬ ਸਰਕਾਰ ਦੀ ਸਪੈਸ਼ਲ ਸਿਫਾਰਿਸ਼ 'ਤੇ ਬਾਹਰ ਕਰ ਦਿੱਤਾ ਗਿਆ ਹੈ। ਬਾਕੀ ਸਾਡੇ ਜਿਹੜੇ ਸਿੱਖ ਵੀਰ ਨੇ ਇੰਨੇ ਇੰਨੇ ਸਾਲਾਂ ਤੋਂ 20-20 ਸਾਲਾਂ ਤੋਂ ਆਪਣੀਆਂ ਸਜ਼ਾ ਜਿਹੜੀਆਂ ਭੁਗਤ ਵੀ ਚੁੱਕੇ ਨੇ, ਉਹਨਾਂ ਨੂੰ ਹਜੇ ਤੱਕ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਜਾਂ ਫਿਰ ਤਿਉਹਾਰ ਦੀਆਂ ਜੇਲ੍ਹਾਂ ਦੇ ਵਿੱਚ ਹਜੇ ਤੱਕ ਡੱਕਿਆ ਹੋਇਆ, ਇਸ ਬਾਰੇ ਤੁਸੀਂ ਕਹਿਣਾ ਚਾਹੋਗੇ? ਮੈਂ ਤਾਂ ਪਹਿਲਾਂ ਹੀ ਗੱਲ ਇਹੋ ਕੀਤੀ ਸੀ, ਖਾਕੀ ਨਿਕਰਾਂ ਦੀ ਗੱਲ ਹੈਗੀ ਵੀ ਇਸ ਵੇਲੇ ਜਿਹੜੀ ਪੰਜਾਬ ਗੌਰਮੈਂਟ ਆ ਉਹ ਪਿੰਕੀ ਕੈਟ ਦੇ ਨਾਲ ਆ ਜੀ, ਅਤੇ ਉਹਨਾਂ ਨੇ ਉਹਨਾਂ ਨੂੰ ਰਿਹਾ ਕਰਾਇਆ ਕਿਉਂਕਿ ਉਸ ਬੰਦੇ ਨੇ ਜਿਹੜੇ ਸਿੱਖਾਂ ਦਾ ਦਿਮਾਗ ਸੀਗਾ, ਹਾਂਜੀ, ਜਿਹੜੇ ਬੰਦੇ ਦਾ ਚੱਲਦਾ ਸੀਗਾ, ਜਿਹੜੇ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੇ ਸੀ, ਹਾਂਜੀ, ਉਹਨਾਂ ਨੂੰ ਫੜ ਫੜ ਕੇ ਅਤੇ ਫੜਵਾਇਆ ਗਿਆ ਜੀ ਅਤੇ ਮਰਵਾਇਆ ਗਿਆ ਜੀ। ਇਹ ਪਿੰਕੀ ਕੈਟ ਦਾ ਕੰਮ ਸੀਗਾ। ਹਾਂਜੀ, ਇਸ ਦੇ ਨਾਲ ਕੈਟ ਹੋਰ ਵੀ ਕਾਫੀ ਹਨ, ਪਰ ਜਿਹੜੇ ਅੰਦਰ ਸਾਡੇ ਸਿੱਖ ਭੈਣ ਭਰਾ ਅੰਦਰ ਰੁਲ ਰਹੇ ਹਨ ਪਿਛਲੇ 24-25 ਸਾਲ ਤੋਂ, ਕਈ 30 ਸਾਲ ਤੋਂ, ਇਹ ਉਹਨਾਂ ਨੂੰ ਇਸ ਕਰਕੇ ਨਹੀਂ ਛੱਡ ਰਹੀ ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਆਪਣੀ ਖੁਦਮੁਖਤਿਆਰੀ ਦੀ ਗੱਲ, ਆਪਣੇ ਰਾਜ ਦੀ ਗੱਲ ਉਹ ਕਰਨੀ ਚਾਹੁੰਦੇ ਹਨ। ਹਾਂਜੀ, ਅੱਜ ਵੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕਾਫੀ ਮੇਰੇ ਵੀਰ ਬਜ਼ੁਰਗ ਹੋ ਚੁੱਕੇ ਨੇ, ਕਈ ਬਿਲਕੁਲ ਉਹ ਵੀ ਅੱਜ ਵੀ ਜੇਲ੍ਹਾਂ ਦੇ ਵਿੱਚ ਆਪਣਾ ਤਰਸ ਰਹੇ ਹਨ ਆਪਣੀ ਆਜ਼ਾਦੀ ਵਾਸਤੇ ਕਿਉਂਕਿ ਉਹਨਾਂ ਕੈਦ ਤਾਂ ਪੂਰੀ ਕਰ ਲਈ। ਹਾਂਜੀ, ਇਹ ਹੁਣੇ ਹੁਣੇ ਇੱਕ ਸਾਡਾ ਵੀਰ ਅਮੈਰੀਕਾ ਤੋਂ ਗਿਆ ਸੀਗਾ ਇੰਡੀਆ ਜੀ 8-9 ਮਹੀਨੇ ਪਹਿਲਾਂ। ਹਾਂਜੀ, ਅਤੇ ਉਸ ਦਾ ਵੀ ਇੰਡੀਅਨ ਗੌਰਮੈਂਟ ਨੇ, ਪੰਜਾਬ ਨੇ, ਬਾਦਲਾਂ ਨੇ ਜੇਲ੍ਹ ਦੇ ਵਿੱਚ ਉਹਦਾ ਮਰਡਰ ਕਰਵਾ ਦਿੱਤਾ ਜੀ। ਉਹਦਾ ਇਲਾਜ ਨਹੀਂ ਕਰਵਾਇਆ ਜੇ ਉਹਦੇ ਪੇਨ ਹੋਈ ਜੀ, ਪਰ ਉਹਦਾ ਮਰਡਰ ਕਰਵਾ ਦਿੱਤਾ ਗਿਆ। ਇਹ ਨਹੀਂ ਚਾਹੁੰਦੇ ਕਿ ਜਿਹੜੇ ਸਿੱਖ ਅੰਦਰ ਜਿਹੜੇ ਰੁਲ ਰਹੇ ਹਨ ਜੀ, ਉਹਨਾਂ ਨੂੰ ਬਾਹਰ ਦੀ ਹਵਾ ਦਿੱਤੀ ਜਾਵੇ। ਹਾਂਜੀ, ਉਹ ਆਪਣੀ ਆਵਾਜ਼ ਜਿਹੜੀ ਆ ਉਹ ਫਿਰ ਦੁਬਾਰਾ ਬੁਲੰਦ ਕਰਨ, ਆਪਣੀ ਕੌਮ ਦੇ ਨਾਲ ਚੱਲ ਸਕਣ, ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਨੂੰ ਪਾਲਣ ਜੀ। ਪਰ ਕਹਿੰਦੇ ਨੇ ਆਜ਼ਾਦੀ ਇੰਡੀਆ ਨੂੰ ਮਿਲੀ 1947 ਤੋਂ ਲੈ ਕੇ ਅੱਜ ਤੱਕ ਸਾਰੇ ਦਵਾਈ ਪਾਉਂਦੇ ਨੇ, ਸਿੱਖ ਕੌਮ ਨੇ ਉਹਦੇ ਵਿੱਚ ਕੁਰਬਾਨੀਆਂ ਕੀਤੀਆਂ। ਹਾਂਜੀ, ਪਰ ਮੇਰਾ ਕੁਐਸਚਨ ਆ ਵੀ ਆਜ਼ਾਦੀ ਹੈ ਕਿੱਥੇ? ਸਿੱਖ ਤਾਂ ਉਦੋਂ ਦਾ ਹੀ ਗੁਲਾਮ ਆ। ਬਿਲਕੁਲ, ਪਰ ਸਾਨੂੰ ਮਹਿਸੂਸ ਕਰਨਾ ਪਏਗਾ, ਜੇ ਮੈਂ ਮਹਿਸੂਸ ਕਰਾਂਗਾ ਵੀ ਮੈਂ ਗੁਲਾਮ ਹਾਂ ਅਤੇ ਤਾਂ ਮੈਂ ਆਜ਼ਾਦੀ ਦੀ ਗੱਲ ਕਰਾਂਗਾ। ਹਾਂਜੀ, ਅਤੇ ਜੇ ਮੈਂ ਉਹਨਾਂ ਦੇ ਬਾਅਦ 'ਚ ਕਾਮਾਰ ਵਾਲੀ ਪਾਈ ਜਾਵਾਂ ਵੀ ਅਸੀਂ ਆਜ਼ਾਦ ਹਾਂ, ਅਸੀਂ ਸਿੱਖ ਆਜ਼ਾਦ ਨਹੀਂ, ਸਿੱਖ ਗੁਲਾਮ ਦੇ ਗੁਲਾਮ ਹਾਂ। ਸਿੱਖਾਂ ਨੂੰ ਆਪਣੀ ਆਜ਼ਾਦੀ ਵਾਸਤੇ ਜੱਦੋ ਜਹਿਦ ਕਰਨੀ ਪਏਗੀ। ਹਾਂਜੀ, ਜਿੱਦਾਂ ਸਾਡੇ ਭਾਈ ਸਾਹਿਬ ਨੇ ਪਹਿਲਾਂ ਗੱਲ ਕੀਤੀ ਸੀ
ਵੀ ਕਈ ਕੰਟਰੀਆਂ ਨੂੰ ਫਸਟ ਲਾ ਲਓ ਆਜ਼ਾਦੀ ਲੜਾਈ, ਸੈਕੰਡ ਵਰਲਡ ਵਾਰ ਲਾ ਲਓ, ਹਾਂਜੀ ਲੋਕਾਂ ਨੂੰ ਆਜ਼ਾਦੀਆਂ ਦਵਾਈਆਂ, ਲੋਕਾਂ ਦੇ ਕੰਟਰੀ ਬਣ ਗਏ, ਪਰ ਪਹਿਲੋਂ ਅਸੀਂ ਕਦੀ ਆਪਣੇ ਕੰਟਰੀ ਬਾਰੇ ਗੱਲ ਨਹੀਂ ਕੀਤੀ ਜੀ। ਪਰ ਸਿੱਖ ਹੁਣ ਬੜਾ ਸੁਚੇਤ ਹੋ ਚੁੱਕਾ, ਉਹ ਪੜ੍ਹਿਆ ਲਿਖਿਆ, ਉਹਦਾ ਦਿਮਾਗ ਕੰਮ ਕਰਦਾ, ਨਵੀਂ ਯੰਗ ਜਨਰੇਸ਼ਨ ਜਿਹੜੀ ਆ ਉਹਨੂੰ ਵੀ ਪਤਾ ਲੱਗ ਚੁੱਕਾ ਵੀ ਸਿੱਖ ਗੁਲਾਮ ਆ ਅਤੇ ਅਸੀਂ ਆਪਣੀ ਆਜ਼ਾਦੀ ਜਿਹੜੀ ਆ ਉਹ ਲੈਣੀ ਆ ਜੀ। ਸਿੱਖ ਜਿਸ ਦਿਨ ਆਜ਼ਾਦ ਹੋਏਗਾ, ਆਪਣਾ ਰਾਜ, ਆਪਣਾ ਕੰਟਰੀ ਜਿਹਦਾ ਇਹਦਾ ਆਪਣਾ ਹੋਏਗਾ ਜੀ, ਜਿਹਦਾ ਨਾਂ ਖਾਲਿਸਤਾਨ ਜੇ 1986 ਦੇ ਵਿੱਚ ਦਿੱਤਾ ਗਿਆ ਜੀ, ਅਤੇ ਹੁਣ ਸਾਡੀ ਜੱਦੋਜਹਿਦ ਜਿਹੜੀ ਆ ਕਾਨੂੰਨ ਦੇ ਦਾਇਰੇ ਦੇ ਵਿੱਚ ਭਾਈ ਸਾਹਿਬ ਨੇ ਦੱਸਿਆ ਉਹ ਲੜ ਕੇ ਸੈਲਫ ਡਿਟਰਮੀਨੇਸ਼ਨ ਸਿੱਖ ਸੋਵਰਨਿਟੀ ਦੇ ਨਾਂ ਦੇ ਉੱਤੇ ਜਿਹੜਾ ਅਸੀਂ ਆਪਣਾ ਰਾਜ ਜਿਹੜਾ ਵਾ ਉਹ ਲੈਣਾ ਵਾ, ਬਿਲਕੁਲ ਲਾਂਗੇ ਤਾਂ ਜੇ ਅਸੀਂ ਇੱਕ ਮੁੱਠ ਹਾਂ, ਬਿਲਕੁਲ। ਪਰ ਸਾਡੀ ਲੜਾਈ ਜਿਹੜੀ ਆ ਜਦੋਂ ਜਦ ਹਰ ਰੋਜ਼ ਹਰ ਘੜੀ ਜਿਹੜੀ ਉਹ ਚਾਲੂ ਆ ਜੀ, ਗੁਰੂ ਮਹਾਰਾਜ ਘੜੀ ਅਰਦਾਸ ਕਰਿਆ ਕਰੀਏ ਕਿ ਸਾਨੂੰ ਸਾਡਾ ਆਪਣਾ ਰਾਜ ਜਿਹੜਾ ਵਾ ਉਹ ਵਾਪਸ ਮਿਲ ਜੇ। ਪਹਿਲੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਕੀਤਾ ਪੰਜਾਬ ਦੀ ਧਰਤੀ ਦੇ ਉਸੇ ਦੇ ਉੱਤੇ, ਫਿਰ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ। ਅਸੀਂ ਆਪਣਾ ਰਾਜ ਜਿਹੜਾ ਉਹ ਵਾਪਸ ਪੰਜਾਬ ਜਿਹੜਾ ਉਹ ਲੈਣਾ ਚਾਹੁੰਦੇ ਹਾਂ, ਉਹਦੀ ਲੜਾਈ ਜਿਹੜੀ ਆ ਉਹ ਹਰ ਪਲ ਹਰ ਘੜੀ ਜਿਹੜੀ ਆ ਉਹ ਹੋ ਰਹੀ ਆ ਜੀ। ਬਿਲਕੁਲ ਵੀਰ ਜੀ, ਇਹਨਾਂ ਦੇ ਵਿਚਾਰ ਤੇ ਸਿਲੈਕਟ ਪਤਾ ਤੁਹਾਡੇ ਕੋਲ ਜਿਸ ਜਾਣਨਾ ਚਾਹਾਂਗੇ, ਬਿਕੋਜ਼ ਵੀ ਹੈਵ ਓਨਲੀ 2 ਮਿੰਟਸ ਲੈਫਟ। ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਅਸੀਂ ਗੁਲਾਮ ਆ ਪੰਜਾਬ ਦੇ ਵਿੱਚ, ਜਾਂ ਫਿਰ ਅਸੀਂ ਆਪਣੇ ਆਪ ਨੂੰ ਗੁਲਾਮ ਸਮਝਦੇ ਹਾਂ, ਬਟ ਲਾਈਕ ਲਾਟ ਆਫ ਸਾਰੀ ਜਨਰੇਸ਼ਨ ਜਿਹੜੀ ਅੱਜ ਦੀ ਆ ਜਾਂ ਬਜ਼ੁਰਗ ਆ, ਉਹਨਾਂ ਤੋਂ ਪਤਾ ਕਿ ਅਸੀਂ ਗੁਲਾਮ ਆ, ਕਿਉਂਕਿ ਸਾਡੇ ਨਾਲ ਜੋ ਚੀਜ਼ਾਂ ਵਾਪਰੀਆਂ ਨੇ ਵੀ ਆਲਰੇਡੀ ਨੋ। ਪਰ ਕਾਫੀ ਲੋਕ ਸਾਡੇ ਵੀਰ ਜਿਹੜੇ ਭੈਣ ਭਰਾ ਨੇ ਉਹ ਕਹਿੰਦੇ ਸਾਡਾ ਕੀ ਲੈਣਾ ਦੇਣਾ ਇਸ ਚੀਜ਼ ਦੇ ਨਾਲ, ਸਾਨੂੰ ਕੀ ਪਤਾ, ਸਾਡਾ ਤਾਂ ਸਭ ਕੁਝ ਸੇਮ ਹੀ ਚੱਲਦਾ ਪਿਆ, ਡਰੱਗ ਚੱਲਦੀ ਪਈ ਪੰਜਾਬ ਦੇ ਵਿੱਚ, ਚੱਲੀ ਜਾਣ ਦਿਓ, ਮਰਦਾ ਕੋਈ ਮਰਨ ਦਿਓ। ਤੁਸੀਂ ਜਿਹੜੇ ਇੱਦਾਂ ਦੇ ਲੋਕ ਸੁੱਤੇ ਪਏ ਨੇ ਇਸ ਵੇਲੇ ਪੰਜਾਬ ਦੇ ਵਿੱਚ, ਉਹਨਾਂ ਨੂੰ ਜਾਗਰੂਕ ਕਰਨ ਲਈ TV84 ਦੇ ਮਾਧਿਅਮ ਰਾਹੀਂ ਕੀ ਕਹਿਣਾ ਚਾਹੋਗੇ? ਦੇਖੋ ਜਿਹੜੀ ਆਜ਼ਾਦੀ ਦੀ ਆਪਾਂ ਗੱਲ ਕਰਦੇ ਹਾਂ ਨਾ ਜੀ, ਆਪਾਂ ਜੇ ਸੋਚੀਏ ਜੂਨ 1984  'ਚ ਜਦੋਂ ਅਕਾਲ ਤਖ਼ਤ ਸਾਹਿਬ ਢਾਹ ਦਿੱਤਾ ਇਹਨਾਂ ਨੇ, ਔਰ 10,000 ਤੋਂ ਵੱਧ ਉਹ ਸ਼ਰਧਾਲੂ ਬੱਚੇ ਬੱਚੀਆਂ ਇਹਨਾਂ ਨੇ ਟੈਂਕਾਂ ਥੱਲੇ ਦੇ ਦੇ ਕੇ ਮਾਰੇ, ਬਿਲਕੁਲ। ਅਤੇ ਜੇ ਸਾਰੀ ਕੌਮ ਜਾਗਰੂਕ ਕਰਨ ਦੀ ਆਪਾਂ ਵੇਟ ਕਰੀਏ ਤਾਂ ਫਿਰ ਤਾਂ ਆਜ਼ਾਦੀ ਜੂਨ 30 ਨੂੰ ਮਿਲ ਜਾਣੀ ਸੀ 84 'ਚ। ਸਾਰੀ ਕੌਮ, ਚਾਹੇ ਸਿੱਖ ਕੌਮ ਹੈ, ਚਾਹੇ ਉਹ ਮੁਸਲਮਾਨ ਕੌਮ ਹੈ, ਚਾਹੇ ਕ੍ਰਿਸਚਨ ਹੈ ਜਾਂ ਯਹੂਦੀ, ਸਾਰੀਆਂ ਕੌਮਾਂ ਜਾਗਰੂਕ ਨਹੀਂ ਹੁੰਦੀਆਂ। ਹਾਂਜੀ, ਜਿਹੜੇ ਜਾਗਰੂਕ ਵੀਰ ਆਪਣੇ ਆਪ ਨੂੰ ਕਹਿੰਦੇ ਆ ਜਾਂ ਸੰਸਥਾਵਾਂ ਵੀ ਅਸੀਂ ਜਾਗਰੂਕ ਹਾਂ, ਹਾਂਜੀ, ਜੇ ਕਿਤੇ ਉਹ ਇੱਕ ਸ਼ਹਿਰਦਤਾ ਨਾਲ ਇੱਕ ਕਮਿਟਮੈਂਟ ਦੇ ਨਾਲ ਆਜ਼ਾਦੀ ਦੀ ਗੱਲ ਕਰਨ ਤੇ ਆਜ਼ਾਦੀ ਮਿਲ ਜਾਣੀ ਹੈ, ਸਾਰਿਆਂ ਨੂੰ ਜਗਾਉਣ ਦੀ ਜ਼ਰੂਰਤ ਨਹੀਂ ਗੀ। ਹਾਂਜੀ, ਇੱਕ ਗੱਲ ਦੱਸਣੀ ਜ਼ਰੂਰੀ ਹੈ ਕਿ ਸਮਾਂ ਜਿਹੜਾ ਨਾ 30 ਸਤੰਬਰ ਦਾ, ਹਾਂਜੀ, ਉਹ ਉਸ ਦੇਸ਼ ਦੀ ਹਕੂਮਤ ਨੂੰ, ਮੋਦੀ ਨੂੰ, ਇੰਡੀਆ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਪੁਰਾਣੇ ਸਮੇਂ 'ਚ ਜਦੋਂ ਸਿੰਘ ਦਿੱਲੀ ਫਤਿਹ ਕਰਦੇ ਸੀ ਨਾ ਜੀ, ਉਹ ਬੜੀ ਵੱਡੀ ਗੱਲ ਕਹਿੰਦੇ ਸੀ, ਦਿੱਲੀ ਤੇ ਬਿੱਲੀ ਕਹਿੰਦੇ ਜਦੋਂ ਮਰਜ਼ੀ ਮਾਰ ਲਈਏ। ਹਾਂਜੀ, ਅੱਜ ਸਮਾਂ ਜਿਹੜਾ ਹੈ ਦਿੱਲੀ ਨੂੰ ਫਤਿਹ ਕਰਨ ਦਾ ਕਾਨੂੰਨ ਦੇ ਦਾਇਰੇ ਵਿੱਚ ਆ ਚੁੱਕਾ ਹੈ, ਔਰ ਪੜਾਅ ਜਿਹੜੇ ਉਹਦੇ ਹੈ, ਚਾਹੇ ਉਹ 30 ਸਤੰਬਰ ਹੋਏਗਾ, ਚਾਹੇ 2020 ਰੈਫਰੈਂਡਮ ਹੋਏਗਾ, ਦਿੱਲੀ ਦੇ ਉੱਤੇ ਜਿੰਨੀ ਦੇਰ ਤੱਕ ਖਾਲਸਾਈ ਝੰਡੇ ਨਹੀਂ ਝੂਲਣਗੇ, ਓਨੀ ਦੇਰ ਤੱਕ ਸਿੱਖਸ ਫਾਰ ਜਸਟਿਸ ਅਤੇ ਉਹਨਾਂ ਦੀਆਂ ਸਹਿਯੋਗੀ ਜਥੇਬੰਦੀਆਂ ਘਰ ਦੇ ਵਿੱਚ ਆਰਾਮ ਨਾਲ ਬੈਠਣਗੀਆਂ ਨਹੀਂ। ਦੁਨੀਆ ਦਾ ਕਾਨੂੰਨ, ਦੁਨੀਆ ਦੀਆਂ ਅਦਾਲਤਾਂ ਅਤੇ ਜੋ ਯੂਨਾਈਟਿਡ ਨੇਸ਼ਨਸ ਦੀਆਂ ਧਾਰਾਵਾਂ ਹੈ ਉਹ ਸਿੱਖ ਕੌਮ ਦੇ ਨਾਲ ਕੰਧ ਵਾਂਗੂ ਖੜੀਆਂ, ਹਾਂਜੀ, ਲੇਕਿਨ ਉਹਨਾਂ ਨੂੰ ਜਗਾਉਣਾ, ਉਹਨਾਂ ਨੂੰ ਇਨਵੋਕ ਕਰਨਾ, ਉਹਨਾਂ ਨੂੰ ਸਹਾਇਕ ਕਰਨਾ ਆਪਣਾ ਉਹਨਾਂ ਸੰਸਥਾਵਾਂ ਦਾ ਫਰਜ਼ ਹੈ ਜਿਹੜੇ ਇਸ ਗੱਲ ਦੇ ਹਾਮੀ ਹੈ, ਜਿਹੜੇ ਇਸ ਗੱਲ ਦੇ ਸਹਿਯੋਗੀ ਹੈ ਕਿ ਸਿੱਖ ਕੌਮ ਆਜ਼ਾਦ ਹੋਣੀ ਚਾਹੀਦੀ ਹੈ। ਔਰ ਸਮਾਂ ਦੂਰ ਨਹੀਂ, ਇਹ ਗੱਲਾਂ ਦੀ ਗੱਲ ਨਹੀਂ ਗੀ, ਸਮਾਂ ਦੂਰ ਨਹੀਂ ਕਿ ਆਜ਼ਾਦੀ ਜਿਹੜੀ ਹੈ ਸਿੱਖ ਕੌਮ ਲੈ ਕੇ ਆਪਣਾ ਅਲੱਗ ਖਿੱਤਾ ਲੈ ਕੇ ਰਹੇਗੀ। ਜੀ ਬਿਲਕੁਲ, ਥੈਂਕ ਯੂ ਸੋ ਮਚ ਵੀਰ, ਨੋ ਆਈ ਹੈਵ ਨੋ ਵਰਡਸ ਟੂ ਥੈਂਕ ਯੂ ਐਂਡ ਸਿੱਖਸ ਫੋਰ ਜਸਟਿਸ ਕਿ ਤੁਸੀਂ ਸਿੱਖ ਕੌਮ ਲਈ ਇੰਨੇ ਵੱਡੇ ਉਪਰਾਲੇ ਕਰ ਰਹੇ ਹੋ, ਅਵੇਅਰਨੈਸ ਲੈ ਕੇ ਆ ਰਹੇ ਹੋ, ਐਂਡ ਦੈਨ ਵੀ ਆਰ ਸਟਾਰਟਿੰਗ ਦਿਸ ਪਲੈਟਫਾਰਮ, ਈਵਨ ਦੋ ਰਾਈਟ ਨਾਓ ਇਟਸ ਨਾਟ ਦੈਟ ਬਿਗ, ਬਟ ਵੀ ਵਿਲ ਮੇਕ ਇਟ ਬਿਗ ਐਂਡ ਬ੍ਰਿੰਗ ਅ ਲਾਟ ਆਫ ਅਵੇਅਰਨੈਸ ਟੂ ਸਿੱਖ ਕਮਿਊਨਿਟੀ, ਐਂਡ ਅਸੀਂ ਜਿਹੜਾ ਆਪਣੇ ਰਾਜ ਦੀ ਗੱਲ ਕਰਦੇ ਹਾਂ ਵੀ ਵਿਲ ਟੇਕ ਦੈਟ ਰਾਜ, ਐਂਡ ਜਿਹੜੇ ਅਸੀਂ ਇਨਸਾਫ਼ ਦੀ ਗੱਲ ਕਰਦੇ ਹਾਂ ਅਸੀਂ ਇਨਸਾਫ਼ ਵੀ ਲੈ ਕੇ ਰਵਾਂਗੇ। ਟਾਈਮ ਲੱਗਦਾ ਹਰ ਚੀਜ਼ ਨੂੰ, ਬਟ ਵੀ ਵਿਲ ਗੈਟ ਦੇਅਰ, ਐਂਡ ਆਮ ਹੈਪੀ ਕਿ ਸਾਡੀ ਜਿਹੜੀ ਯੰਗਰ ਜਨਰੇਸ਼ਨ ਹੈ ਉਹ 'ਚ ਕਾਫੀ ਅਵੇਅਰਨੈਸ ਆ ਰਹੀ, ਚਾਹੇ ਉਹ TV84 ਰਾਹੀਂ ਆ ਰਹੀ, ਚਾਹੇ ਉਹ ਇੰਟਰਨੈਟ ਰਾਹੀਂ ਆ ਰਹੀ, ਬਟ ਇਟਸ ਗੈਰਿੰਗ ਦੇ। ਸੋ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਰੇ ਦਰਸ਼ਕਾਂ ਦੇ ਰੂਬਰੂ ਹੋਏ, ਸਾਰੇ ਸਟੂਡੀਓ ਦੇ ਵਿੱਚ ਆਏ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਅਸੀਂ ਚਾਹਾਂਗੇ ਕਿ ਵਕਤ ਵਕਤ ਨਾਲ ਸਮੇਂ ਸਮੇਂ ਇਹਨਾਂ ਮੁੱਦਿਆਂ ਦੇ ਉੱਪਰ, ਹੋਰ ਵੱਖ ਵੱਖ ਪੰਥਕ ਮੁੱਦਿਆਂ ਦੇ ਉੱਪਰ ਤੁਸੀਂ ਇਸੇ ਤਰ੍ਹਾਂ ਆਉਂਦੇ ਰਹੋ, ਸਾਰੇ ਦਰਸ਼ਕਾਂ ਦੇ ਰੂਬਰੂ ਹੁੰਦੇ ਰਹੋ। ਅਤੇ ਵੀਰ ਜੀ, ਹੁਣ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਥੈਂਕ ਯੂ ਸੋ ਮਚ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਰਸ, ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ, ਪਰ ਤੁਸੀਂ ਭੁੱਲਿਓ ਨਾ 30 ਸਤੰਬਰ ਨੂੰ ਤੁਸੀਂ ਵਾਸ਼ਿੰਗਟਨ DC ਜ਼ਰੂਰ ਪਹੁੰਚੋ, ਸਿੱਖਸ ਫੋਰ ਜਸਟਿਸ ਨੂੰ ਆਪਣੀ ਸਪੋਰਟ ਜ਼ਰੂਰ ਦਿਓ, ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਸੇ ਤਰ੍ਹਾਂ ਇਹਨਾਂ ਮੁੱਦਿਆਂ ਦੇ ਉੱਪਰ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ, ਪਰ ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।